ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਵੀ ਅੱਜ ਦੇ ਵੱਲੋਂ ਹੋਈ ਬੜੀ ਲੇਟ ਤਿਆਰ ਤੁਰ ਹੋ ਗਏ ਨਹਾ ਧੋ ਕੇ ਫਿਰ ਕੀਤੀ ਆ ਅਤੇ ਅੱਜ ਕੰਮ ਧੰਦੇ ਬਹੁਤ ਜ਼ਿਆਦਾ ਸੀ ਰਾਤੀ ਪਰ ਅਸੀਂ ਬਹੁਤ ਸੋਚਣ ਥਾਂ ਫਸੇ ਰਹੇ। ਸਹੀ ਗੱਲ ਦੱਸਾਂ ਕਿ ਰਾਤੀ ਵਾਲੀ ਚੀਜ਼ ਮੈਂ ਬਹਿ ਕੇ ਸੋਚਣ ਡਿਆ ਸੀ। ਅਸੀਂ ਜਦੋਂ ਜਿੰਮ ਲਾ ਕੇ ਵਾਪਸ ਆਏ ਨਾ ਅਤੇ ਹਰਮੰਦੇ ਪਰਿਵਾਰ 'ਚੋਂ ਪਿੰਡ ਜਿੱਦਾਂ ਘਰ ਹੁੰਦੇ ਜਿੱਦਾਂ ਸਾਡੇ ਕੁਛ ਡੇਰੇ ਅਤੇ ਘਰ ਆ ਕੁਛ ਪਿੰਡ ਪਰਿਵਾਰ ਦੇ ਘਰ ਆ ਹੈ ਨਾ, ਉਹਨਾਂ 'ਚੋਂ ਇੱਕ ਪਰਿਵਾਰ ਹੀ ਪਿੰਡ ਉਹਨਾਂ ਦੇ ਘਰ ਨਾ ਤਾਰ ਕਿੰਨੀ ਮਿਹਨਤ ਨਾਲ ਆਪਾਂ ਘਰ ਬਣਾਉਂਦੇ ਹਾਂ ਹਨਾ, ਤੇ ਜਦੋਂ ਏਦਾਂ ਦਾ ਕੰਮ ਹੁੰਦਾ ਉਹ ਪਰਿਵਾਰ ਤੇ ਕੀ ਬੀਤਦੀ ਹੋਊਗੀ ਹਨਾ। ਹਾਲੇ ਵੀ ਚਲੋ ਮੈਂ ਨਾਲ ਹੀ ਬਸ ਮੈਂ ਆ ਗਿਆ ਸੀ, ਪਹਿਲਾਂ ਲੱਗਾ ਨੋਰਮਲੀ ਜਦੋਂ ਮੈਂ ਘਰੇ ਆ ਗਿਆ ਹਨਾ, ਤੇ ਮੈਂ ਹਰਮਨ ਘਰ ਹੀ ਗਿਆ ਰਾਤੀ ਤੇ ਬਾਅਦ ਚੋਂ ਇਹ ਸਵੇਰੇ ਆਏ 4 ਵਜੇ ਤੇ ਬਾਅਦ ਚੋਂ ਹਰਮਨ ਮੈਨੂੰ ਵੀਡੀਓ ਵਿਖਾਉਣ ਡਿਆ ਕਿ ਲਾਟਾਂ ਜਾਣ ਅੱਗ ਦੀਆਂ ਤਾਂ ਨੂੰ ਬੁਰੇ ਹਾਲ। ਮੈਨੂੰ ਤੂੰ ਹੀ ਚਲ ਗਿਆ ਨਾ, ਮੈਂ ਵੀ ਆ ਗਿਆ, ਬਾਅਦ ਵੀ ਆ ਗਿਆ, ਚੱਲ ਕੋਈ ਨੀ ਮਾੜਾ ਮੋਟਾ ਹੋ ਗਿਆ ਸੈੱਟ। ਉਤੋਂ ਬਾਕੀ ਮਾਲਕ ਦੀ ਮਿਹਰ ਨਾਲ ਉਹ ਕਮਰੇ ਦੇ ਵਿੱਚ ਬੁਲਟ ਮੋਟਰਸਾਈਕਲ 2-3-4 ਸਿਲੰਡਰ ਪਏ ਸੀ, ਪੇਟੀਆਂ ਸੰਦੂਕ ਕਈ ਕੁਛ ਸੀ ਯਾਰ ਉਹ ਕਮਰੇ ਦੇ ਵਿੱਚ। ਚੱਲ ਇਹ ਕਿ ਮੋਟਰਸਾਈਕਲ ਨਿਕਲ ਆਇਆ ਬਾਹਰ, ਸਿਲੰਡਰ ਵੀ ਕੱਢ ਲਿਆ, ਜੇ ਸਿਲੰਡਰ ਨੂੰ ਲੱਗ ਜਾਂਦੀ ਕੋਈ ਫਟ ਜਾਂਦਾ ਤੇ ਕਿੰਨਾ ਜ਼ਿਆਦਾ ਨੁਕਸਾਨ ਹੋ ਗਿਆ। ਮਾਲਕ ਨੇ ਰਾਤੀ ਬੜੀਆਂ ਮਿਹਨਤਾਂ ਰਹਿੰਦਾ ਕੀਤੀਆਂ ਤੇ ਬਚਾਅ ਹੋ ਗਿਆ। ਤੇ ਫਿਰ ਹੋਰ ਸੁਣ ਲਓ ਫਾਇਰ ਬ੍ਰਿਗੇਡ ਵਾਲੀ ਗੱਡੀ ਦੀ ਗੱਲ। ਫਾਇਰ ਬ੍ਰਿਗੇਡ ਦੀ ਗੱਡੀ ਇੱਕ ਮੰਗਾਈ, ਉਹਨਾਂ ਪਾਈਪਾਂ ਪੂਪਾਂ ਸਿੱਧੀਆਂ ਕੀਤੀਆਂ ਤੇ ਉਹ ਪਾਣੀ ਨਹੀਂ ਆਇਆ, ਮਤਲਬ ਕਿ ਚੱਲਿਆ ਹੀ ਨਹੀਂ ਕੰਮ। ਫਿਰ ਦੂਜੀ ਗੱਡੀ ਮੰਗਾਈ, ਉਹਨਾਂ ਵੀ ਕੀਤਾ ਪਾਣੀ ਪੂਣੀ ਚੱਲਿਆ ਹੈ ਨਾ, ਤੇ ਬਾਅਦ 'ਚ ਹਰਮਨ ਕਹਿੰਦਾ ਕਿ ਭਰਾਵਾ ਲੈ ਜਾਣਾ ਚਾਹੁੰਦੇ ਸੀ ਅੱਗ ਆਪ ਬੁਝਾ ਲੈਣੀ ਆ, ਉਹ ਕਿਤੇ ਚੱਲ ਪਿਆ। ਚਲੋ ਉਹਨਾਂ ਨੇ ਅੱਗ ਵਿਚਾਰਿਆਂ ਬੁਝਾਈ, ਉਹਨਾਂ ਦੀ ਕਿਸਮਤ ਮਾੜੀ ਲਾ ਲਓ। ਜਦੋਂ ਵਾਪਸ ਗਏ ਆ ਧੁੰਦ ਬੜੀ ਜ਼ਿਆਦਾ ਪੈ ਗਈ, ਉਹਨਾਂ ਗੱਡੀ ਸੁੱਟ ਲਈ ਪਿੰਡ ਦੇ ਘੇਰੇ ਘੇਰੇ, ਗੱਡੀ ਪਲਟ ਗਈ। ਫਿਰ ਮੈਂ ਗੱਡੀ ਅੱਗੇ ਤੂੰ ਮੈਨੂੰ ਹਰਮਨ ਸਵੇਰੇ ਵੀਡੀਓ ਖਾਈ ਦੇ। ਇਹ ਵੇਖ ਲਓ ਇਹ ਹੁੰਦਾ ਨਾ ਨਜਾਇਜ਼, ਜਦੋਂ ਬੰਦੇ ਨਾ ਆਉਂਦੇ ਫ੍ਰੀ ਦੀ ਟੈਨਸ਼ਨ ਪੈਣੀ ਆ, ਉਹ ਚੀਜ਼ ਹੁੰਦੀ ਆ। ਰਾਤੀ ਮੈਂ ਗੱਲਾਂ ਕਰਦੇ ਵਲੋਗ ਦੇ ਵਿੱਚ, ਇੱਕ ਟੈਨਸ਼ਨ ਉਹ ਹੁੰਦੀ ਜਿਹੜੀਆਂ ਆਪਣੀਆਂ ਕੁਝ ਗਲਤੀਆਂ ਕਰਕੇ ਹੁੰਦੀਆਂ, ਇਹ ਜਿਹੜੀ ਰੱਬ ਵੱਲੋਂ ਹੀ ਪੈਂਦੀ ਆ, ਇਹ ਉਹ ਚੀਜ਼ ਹੁੰਦੀ ਆ। ਤੇ ਇਹਦੇ ਵਿੱਚ ਇੱਕ ਬੰਦਾ ਹੋਈ ਟੈਨਸ਼ਨ ਸੀ, ਉਹ ਸਾਰਾ ਪਰਿਵਾਰ ਬਾਜੋ ਫਾਇਰ ਬ੍ਰਿਗੇਡ ਵਾਲੀ ਗੱਡੀ ਪਲਟ ਗਈ ਹੋਈ ਟੈਨਸ਼ਨ 'ਚ, ਹਨਾ ਕਿੰਨੇ ਬੰਦੇ ਉਸ ਚੀਜ਼ 'ਚ ਉਲਝਦੇ ਪਏ ਸੀ। ਤੇ ਚਲੋ ਮਾਲਕ ਨੇ ਮਿਹਰਾਂ ਰਹਿੰਦਾ ਕੀਤੀਆਂ ਕਿ ਬੜਾ ਬਚਾਅ ਹੋ ਗਿਆ ਰਾਤੀ। ਤੇ ਹੁਣ ਤਾਂ ਕਰਕੇ ਫਿਰ ਅਸੀਂ ਹੁਣ ਲੇਟ ਸਵੇਰੇ ਇੱਦਾਂ ਹੀ ਤੁਰੇ ਤਰੇ ਫਿਰਦੇ ਰਹੇ, ਹੁਣ ਲੇਟ ਵਲੋਗ ਸ਼ੁਰੂ ਕੀਤਾ ਤੇ ਹੁਣ ਵੀ ਅੱਜ ਕੰਮ ਕੀ ਆ, ਕੰਮ ਇਹ ਆ ਕਿ ਅੱਜ ਤੇ ਮੇਰੇ ਇੱਕ ਸੱਜਣ ਨੇ ਆਉਣਾ ਬਾਹਰੋਂ, ਇੱਕ ਉਹਨੂੰ ਲੈਣ ਜਾਣਾ ਹਨਾ, ਤੇ ਇੱਕ ਆਪਣੇ ਕੁਛ ਘਰ ਦੇ ਸਮਾਨ ਦੇ ਪ੍ਰਤੀ ਸ਼ਹਿਰ ਆਰਕੀਟੈਕਟ ਭਾਅ ਜੀ ਨੂੰ ਮਿਲਣਾ ਸੀ। ਪਹਿਲਾਂ ਅਸੀਂ ਉਹ ਕੰਮ ਕਰਨ ਲੱਗੇ, ਉਸ ਤੋਂ ਬਾਅਦ ਫਿਰ ਆਪਣੇ ਸੱਜਣ ਨੂੰ ਲੈਣ ਜਾਣਾ ਹਨਾ। ਇੱਕ ਵਿਆਹ ਵੀ ਆ ਤੇ ਵਿਆਹ ਮੇਰੇ ਹਿਸਾਬ ਨਾਲ ਕੈਂਸਲ ਕਰਨਾ ਪੈਣਾ ਕਿਉਂਕਿ ਇਹ ਦੋ ਕੰਮ ਜ਼ਿਆਦਾ ਜ਼ਰੂਰੀ ਹੈ। ਅਤੇ ਵਿਆਹ ਤੁਹਾਨੂੰ ਪਤਾ ਹੁੰਦਾ 12 ਤੋਂ ਲੈ ਕੇ 3 ਵਜੇ ਦੇ ਵਿੱਚ, ਅਤੇ 12 ਤੋਂ 3 ਵਜੇ ਦੇ ਵਿੱਚ ਵਿੱਚ ਹੀ ਦੋ ਤਿੰਨ ਵਜੇ ਆਉਣਾ ਨਾ, ਗੱਲ ਤਾਂ ਹੋਰ ਕੋਈ ਨਹੀਂ ਨਾ, ਚੱਕਰ ਵਿਆਹ ਕੈਂਸਲ ਹੋ ਗਿਆ ਆਪਣਾ। ਨਾਲੇ ਵਿਆਹ ਵਾਸਤੇ ਕੱਪੜੇ ਜੇ ਮੇਰੇ ਆਉਣ ਵਾਲੇ ਆ, ਵਿਆਹ ਜਾਣ ਵਾਲਾ ਹਜੇ ਹੈ ਨਹੀਂ, ਸਿਸਟਮ ਔਖਾ ਹੀ ਆ, ਅਤੇ ਜਾਂਦੇ ਵੀ ਤਾਂ ਇੱਦਾਂ ਹੀ ਜਾਣਾ ਪੈਣਾ ਸੀ ਸਾਨੂੰ। ਪਰ ਇਹ ਕਿ ਸੱਜਣ ਸਾਡੇ ਨੇ ਬਾਹਰ ਆਉਣਾ ਉਹ ਥੋੜ੍ਹਾ ਜ਼ਿਆਦਾ ਜ਼ਰੂਰੀ ਸਾਨੂੰ ਲੱਗਣ ਡਿਆ, ਉੱਧਰ ਜਾਣਾ ਹੀ ਪੈਣਾ ਸਾਨੂੰ। ਉਹਨੂੰ ਹੁਣ ਇਹ ਥੋੜ੍ਹੀ ਕਹਿ ਸਕਦੇ ਵਿਆਹ ਵੇਖ ਕੇ ਆਵਾਂਗੇ ਹਨਾ, ਤਾਂ ਕਰਕੇ ਆ ਕੇ ਚਲੋ ਆ ਜਾਓ ਬਈ, ਤੁਹਾਨੂੰ ਘੁਮਾਉਂਦੇ ਹਾਂ ਅੰਮ੍ਰਿਤਸਰ। ਘੁਮਾਉਣ ਕਾਹਦਾ ਵਾ, ਸਭ ਦਾ ਪਤਾ ਲੈਣ ਚੱਲੇ ਹਾਂ, ਤੁਹਾਨੂੰ ਵਿਖਾਉਂਦੇ ਹਾਂ ਕੀ ਕੰਮ ਕਰਨ ਚੱਲੇ। ਬਾਕੀ ਉਹ ਕਹਿੰਦੇ ਆ ਧੁੰਦ ਨੇ ਕਹਿਰ ਮਚਾਇਆ ਪਿਆ, ਤੋਂ ਰੋਡ ਸਾਡੇ ਪਿੰਡਾਂ ਦੇ ਉੱਦਾਂ ਦੇ ਆ। ਓਏ ਹੋਏ 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 ਹੋਏ
ਕੱਲ ਨੂੰ ਗੱਲਾਂ ਆਈਆਂ ਪਈਆਂ ਰਾਤੀ। ਅੱਜ ਮੈਂ ਗੱਲ ਕਰਨ ਆ ਪੈਸਿਆਂ ਲਈ ਕਿ ਮੈਨੂੰ ਤੂੰ ਚੱਲ ਗਿਆ ਸੀ ਘਰੇ ਕਿ ਆਹ ਦਿਨਾਂ ਦੇ ਵਿੱਚ ਚੱਲ ਆਪਣੇ ਦਿਨ ਥੋੜੇ ਹਨੇ ਮੰਨੇ ਉੱਦਾਂ ਚੱਲਣ ਡੇ ਸੀ ਤੇ ਮੈਂ ਕਿਹਾ ਜਿਹਨਾਂ ਜਿਹਨਾਂ ਨੂੰ ਪੈਸੇ ਧਾਰੇ ਦਿੰਦੇ ਰਹੇ ਉਹਨਾਂ ਚੋਂ ਕਿਸੇ ਨੇ ਮਤ ਨਹੀਂ ਕੀਤੀ ਤੇ ਜਿਹਨਾਂ ਦੀ ਕੋਈ ਆਸ ਨਹੀਂ ਸੀ ਨਾ ਉਹਨਾਂ ਨੇ ਸਗੋਂ ਕੀਤੀ ਉਹ। ਰਾਤੀ ਮੈਂ ਗੱਲ ਬਲਾਓ 'ਚ ਕਰਨ ਡਿਆ ਮੈਂ ਕਿਹਾ ਬੰਦੇ ਨੂੰ ਆਪਣਾ ਹਿਸਾਬ ਤਾਂ ਲਾ ਕੇ ਚੱਲਣਾ ਚਾਹੀਦਾ, ਕਿਸੇ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ। ਤੇ ਜਿਹਨਾਂ ਨੂੰ ਮੈਂ ਮਿੱਤਰੋ ਮੈਂ ਸੱਚੀ ਗੱਲ ਦੱਸਣ ਲੱਗਾ, ਆਪਾਂ ਰੋਜ਼ ਗੁਰੂ ਮਾਤਾ ਦੇ ਘਰ ਜਾਈਦਾ, ਜਿਹਨਾਂ ਨੂੰ ਮੈਂ ਇੱਥੋਂ ਤੱਕ ਵੀ ਮਤ ਕੀਤੀ ਕਿ ਆਪਣਾ ਜਿਹੜਾ ਮੇਰੇ ਗਲ ਪਾਇਆ ਸੋਹਣਾ ਵੀ ਹੈ ਨਾ, ਉਹ ਵੀ ਗਹਿਣੇ ਪਾ ਕੇ ਅਗਲਿਆਂ ਨੂੰ ਪੈਸੇ ਧਾਰੇ ਦਿੰਦਾ ਰਿਹਾ ਨਾ। ਤੇ ਅੱਜ ਉਹ ਬੰਦੇ ਜੇ ਬਲੌਗ ਤੇ ਵੇਖਦੇ ਹੋਣਗੇ ਸ਼ਾਇਦ ਉਹ ਭਾਵੇਂ ਗੱਲ ਦਾ ਗੁੱਸਾ ਵੀ ਕਰਨ ਪਰ ਸੱਚ ਤੇ ਸੱਚ ਹੀ ਰਹਿਣਾ ਤੇ ਕੋਈ ਨਹੀਂ ਮਤ ਕਰਦਾ। ਇਹ ਮੌਕਾ ਹੀ ਹੁੰਦਾ ਹਨਾ ਕਿ ਜਦੋਂ ਅਗਲੇ ਨੂੰ ਲੋੜ ਆ ਉਦੋਂ ਅਗਲਾ ਆਪਣੇ ਅੱਗੇ ਪਿੱਛੇ ਅੱਗੇ ਪਿੱਛੇ ਕਿ ਤੇਰੇ ਤੋਂ ਕੋਈ ਚੰਗਾ ਹੀ ਨਹੀਂ ਆ। ਤੇ ਹੁਣ ਜਦੋਂ ਆਪਣੇ ਤੇ ਟਾਈਮ ਆਏ ਤਾਂ ਇਹਨੂੰ ਚੰਗਾ ਬੰਦਾ ਆਪਣੇ ਦਿਆਰੇ 'ਚ ਹੀ ਰਹੇ, ਟਿਕਾਣੇ ਮਾਰੀ ਤੂੰ ਹੈ ਚੁੱਕੇ ਵੇ ਮਿੱਤਰਾ। ਭੱਜਣ ਨੂੰ ਤਾਂ ਮੈਂ ਪੂਰੀ ਸ਼ੇਰਿਆ ਮਿਲ ਜਾਂਦੀ ਨਾ, ਮਾਰਨੀ ਪੈਟਰੋਲ ਵੀ ਪੂਰਾ ਆ ਹੈਂ, ਤੂੰ ਵੀ ਬੜੀ ਕੁੜੀ ਹੈ ਬੰਦੇ ਨੇ ਹੱਥ ਵਿੱਚ ਕਿੱਥੇ ਪਾਏ ਹੈ ਮਾਮਾ, ਸੇਫਟੀ ਹੈ ਨੀ ਮਾਸਾ ਵੀ ਇਹਦੀ, ਆਹ ਛੱਤ ਜੀ ਉੱਠ ਕੇ ਪਰਾਂ ਜਾਣੀ ਕੁੜੀ ਹੈ ਵੀ ਮਾਸੀ। ਇਸੇ ਕਰਕੇ ਅੰਬਰਸਰ ਨਹੀਂ ਆਈਦਾ ਮੰਨੇ, ਅੱਜ ਤਾਂ ਜ਼ਰੂਰੀ ਕੰਮ ਪੈ ਗਿਆ ਤਾਂ ਆਉਣਾ ਪੈ ਗਿਆ ਅਤੇ ਹੁਣ ਆਹ ਟ੍ਰੈਫਿਕ ਦਾ ਕੀ ਹੱਲ ਕਰੇ। ਅਗਲੇ ਬੰਦੇ ਨੇ ਕਹਿਣਾ ਸ਼ਾਇਦ ਟੋਪੀਆਂ ਪਾਈ ਜਾਂਦੇ ਹੀ ਪਿੰਡੋਂ ਹੀ ਨਹੀਂ ਤੁਰੇ ਅਜੇ, ਕੀ ਦੱਸੀਏ ਭਰਾਵਾ। ਜੇ ਨਾ ਮਿਲਦੀ ਤਾਂ ਭਾਵੇਂ ਨਾ ਮਿਲਦੀ, ਜੇ ਆਪਾਂ ਨੂੰ ਕੋਈ ਕਾਹਲੀ ਨਾ ਹੁੰਦੀ ਫਿਰ ਨਹੀਂ ਮਿਲਣੀ ਆਪਾਂ ਨੂੰ। ਲੈ ਵੀ ਮਿੱਤਰਾ ਘਰ ਬਣਾਉਣੇ ਬੜੇ ਔਖੇ ਜੇ, ਸਵੇਰ ਦੇ ਆਏ ਜੇ ਮੰਨੇ, ਕਿੰਨੇ ਵਜੇ ਆਏ ਸੀ ਆਪਾਂ? 4:45 ਸਾਢੇ 12 ਦੇ ਆਏ ਆਪਾਂ, ਵਲੌਗ ਚੈੱਕ ਕਰ ਆਪਣਾ, 12:30 ਆਪਾਂ ਅੰਮ੍ਰਿਤਸਰ ਦੇ ਵਿੱਚ ਐਂਟਰ ਕਰ ਗਏ ਸੀ ਮਿੱਤਰੋ, 12:30 ਤੋਂ ਲੈ ਕੇ ਹੁਣ ਟਾਈਮ ਕਿੰਨਾ ਆ ਗਿਆ ਤੇ 6 ਤੱਕ ਲਾ ਲਓ ਹਿਸਾਬ ਕਿ ਅਸੀਂ ਜੋ ਘਰ ਦਾ ਨਿੱਕਾ ਮੋਟਾ ਸਮਾਨ ਹਨਾ ਹਜੇ ਵੇਖਿਆ ਹੀ ਆ, ਨਿਗਾਹ ਹੀ ਮਾਰੀ ਆ, ਲਿਆ ਨਹੀਂ ਕੁਛ ਵੀ ਹਜੇ ਲੈਣਾ ਮੇਰੇ ਸਾਥ ਦੋਵਾਂ ਨੂੰ ਕਿ 3 ਨੂੰ ਹਨਾ, ਇਹ ਚੀਜ਼ਾਂ ਸਿਲੈਕਟ ਕਰਨ ਦੇ ਅਸੀਂ ਕਿ ਹਾਂ ਵੀ ਕਿਹੜੀ ਚੀਜ਼ ਚੰਗੀ ਮਾੜੀ ਵੇਖਣ ਦੇ ਹਿਸਾਬ ਨਾਲ ਹਨਾ ਕਿੱਦਾਂ ਦੀ ਲੱਗੂਗੀ, ਕਿ ਤੁਰਦੇ ਫਿਰਦੇ ਰਹੀਦਾ ਕਿ ਕੋਈ ਚੀਜ਼ ਉਹੋ ਜਿਹੀ ਪਸੰਦ ਆ ਜਾਂਦੀ ਉਹੋ ਚੀਜ਼ ਵੇਖਣ ਦੇ ਅਸੀਂ। ਲੈ ਵੀ ਮਿੱਤਰਾ 2 ਟ੍ਰੈਫਿਕ ਫਿਰ ਵਾਪਸੀ ਦੇ, ਮਤਲਬ ਕਿ ਜਿਹੜੇ 6 ਅਸੀਂ ਸ਼ਹਿਰ ਲਾਏ ਤੇ 6 ਦੇ ਵਿੱਚੋਂ ਅੱਧਾ ਪੌਣਾ ਘੰਟਾ ਸਾਨੂੰ ਆਉਂਦੀ ਰਹਿਣਾ ਲੱਗਾ ਟ੍ਰੈਫਿਕ ਦਾ ਤੇ ਅੱਧਾ ਪੌਣਾ ਘੰਟਾ ਸਾਨੂੰ ਜਾਣ ਲੱਗਿਆ ਲੱਗਣਾ ਟ੍ਰੈਫਿਕ ਵਾਲਿਆਂ ਦੇ, ਮਤਲਬ ਕਾਹਨੂੰ ਗੱਲਾਂ ਆਈਆਂ ਪਈਆਂ ਕਾਹਨੂੰ ਹੈ। ਪਰ ਸ਼ਹਿਰ ਮੈਂ ਤੁਹਾਨੂੰ ਇੱਕ ਗੱਲ ਕਹਾਂਗਾ, ਜੇ ਘਰ ਬਣਾਉਣਾ ਨਾ ਪਿੱਛੇ ਬੈਕਅਪ ਲੈ ਕੇ ਬਣਾਇਓ, ਚੰਗਾ ਪੈਸਾ ਖੁੱਲ੍ਹਾ ਹੋਵੇ ਬੰਦੇ ਦੇ ਕੋਲ, ਇਹ ਨਹੀਂ ਕਿ ਸਾਡੇ ਕੋਲ ਜਿੰਨੇ ਕੁ ਆਏ ਉਹਦੇ ਵਿੱਚ ਕੁਝ ਆਪ ਖਰਚੇ ਅਤੇ ਕੁਝ ਘਰ 'ਤੇ ਲਾਉਣ ਡਿਆ ਵੀ, ਫਿਰ ਥੋੜ੍ਹਾ ਲੰਮਾ ਟਾਈਮ ਲੱਗਦਾ ਜਿੱਦਾਂ ਮੈਨੂੰ ਲੱਗਣ ਡਿਆ ਹੈਨਾ। ਆਪਾਂ ਤੁਹਾਨੂੰ ਪਤਾ ਕਦੇ ਝੂਠ ਝਾੜ ਨਹੀਂ ਮਾਰਿਆ, ਸਿੱਧੀ ਜਿਹੀ ਗੱਲ ਹੈ ਆਪਾਂ ਉਹ ਘਰ ਆ ਕੇ ਘਰ ਆ, ਹੌਲੀ ਹੌਲੀ ਪੈਸੇ ਲਾਉਣ ਡੇ ਹਾਂ, ਵਿੱਚ ਬੰਦਾ ਥੋੜ੍ਹੇ ਜਿਹੇ ਨਾ ਕਈ ਵਾਰ ਸ਼ੌਂਕ ਉੱਚੇ ਰੱਖ ਲੈਂਦਾ ਅਤੇ ਇਨਕਮ ਘੱਟ ਹੁੰਦੀ ਆ, ਫਿਰ ਹੁੰਦੇ ਹੱਥ ਤੰਗ ਕੁੜੀ ਜਾਵੇ ਇੱਧਰ ਇੱਦਾਂ ਇੱਦਾਂ ਚੈਟਾਂ ਹੁੰਦੀ ਇੱਦਾਂ ਫੜੇ ਜਾਂਦੇ ਬਾਅਦ ਚੋਂ, ਇਹ ਯਾਰ ਹੱਟਦੇ ਨਹੀਂ ਵੇਚ ਚੋ ਰਹੀ ਮੰਨਾ, ਮੈਨੂੰ ਕੋਈ ਗੱਲ ਨਹੀਂ ਕਰਨ ਦੇਣ ਡਿਆ ਯਾਰ। ਮੈਂ ਕਮੈਂਟ ਪੜਿਆ ਸੀ ਨਾ ਜਦੋਂ ਅਸੀਂ ਬੈਠੇ ਸੀ ਉੱਥੇ ਆਰਕੀਟੈਕਟ ਭਾਅ ਜੀ ਨਾਲ, ਅਸੀਂ ਜਦੋਂ ਕਿਤੇ ਬਹਿ ਜਾਈਦਾ ਜਦੋਂ ਫਿਰ ਉੱਥੇ ਡਿਸਕਸ ਹੋਣ ਡਿਆ ਪੈਂਦੀ ਜਦੋਂ ਥੋੜ੍ਹਾ ਜਿਹਾ ਫ੍ਰੀ ਹੈ, ਫਿਰ ਮੈਂ ਕਮੈਂਟ ਪੜ੍ਹ ਲੈਂਦਾ ਸੀ ਕੱਲ੍ਹ ਵਾਲੇ ਵਲੌਗ 'ਚ। ਅਖੀਰ 'ਤੇ ਗੱਲਾਂ ਕੀਤੀਆਂ ਨਾ ਬਾਈ ਦਾ, ਉਹ ਕਮੈਂਟ ਉਹ ਵਲੌਗ ਦੇ ਕਮੈਂਟ 'ਚ ਬਹੁਤ ਇਹ ਮੈਸੇਜ ਹੈ ਕਿ ਬਾਈ ਉਹ ਗੱਲਾਂ ਬਹੁਤ ਮੋਟੀਵੇਟ ਕਰਦੀਆਂ ਜਾਣ ਮੇਰੀ, ਉਹ ਮੈਂ ਚੀਜ਼ਾਂ ਤੁਹਾਨੂੰ ਕਿਤਾਬਾਂ 'ਚ ਪੜ੍ਹ ਕੇ ਨਹੀਂ ਦੱਸੀਆਂ, ਉਹ ਮੈਂ ਜੋ ਚੀਜ਼ਾਂ 2-3 ਮਹੀਨਿਆਂ ਦੇ ਵਿੱਚ ਹੰਡਾਈਆਂ ਵਾ ਮੈਂ ਤੁਹਾਨੂੰ ਉਸ ਬਿਹਾਵ 'ਤੇ ਗੱਲ ਕਰਨ ਡਿਆ। ਬਾਕੀ ਜਿਹੜੇ ਤੋਂ ਹਾਸਾ ਨਹੀਂ ਜਾਂਦਾ, ਜੋ ਮਰਜ਼ੀ ਵਜੇ ਬਥੇਰੇ ਜ਼ੋਰ ਲੱਗੇ ਪਏ ਆ,
ਬੁਰੇ ਹਾਲ ਹੋਏ ਪਏ ਆ, ਪਰ ਨਹੀਂ ਨਹੀਂ ਉਹ ਮਾਲਕ ਦੀਆਂ ਮੇਰਾ ਰਹਿਮਤਾਂ ਨਾ, ਤੇ ਕੁਝ ਯਾਰਾਂ ਯਾਰ ਜਿਹੜੇ ਕਹਿੰਦੇ ਨੇ ਕੋਈ ਨੀ ਢਿੱਲੋ ਤੇਰੇ ਨਾਲ ਯਾਰ ਟੈਨਸ਼ਨ ਨਾ ਲੈ, ਉਹ ਬਾਬੇ ਦਾ ਲੈ ਕੇ ਓਟ ਆਸਰਾ ਫੇਰ ਯਾਰ ਤੁਰ ਪੈਂਦੇ, ਕੋਈ ਗੱਲ ਨੀ ਏਦਾਂ ਹੀ ਲੰਘਣੀ ਜ਼ਿੰਦਗੀ ਲੰਘੀ ਜਾਣ ਡੀ ਆ, ਅਰਦਾ ਨਹੀਂ ਵੇਲਾ ਫੇਰ ਨਹੀਂ ਗੱਲ ਕਰਦਾ, ਆਵਾਜ਼ ਕਰ ਦਿੰਦਾ ਵਾ ਫਿਰ ਮੇਰੇ ਦਿਮਾਗ 'ਚ ਜੋ ਗੱਲ ਆਉਂਦੀ ਫਿਰ ਮੈਂ ਤੁਹਾਡੇ ਨਾਲ ਕਰ ਲੈਂਦਾ। ਇੱਕ ਨਾ ਜਿਹੜੇ ਜਦੋਂ ਦੇ ਆਪਾਂ ਦੁਬਾਰਾ ਹੁਣ ਵਲੋਗ ਸ਼ੁਰੂ ਕੀਤੇ ਆ ਉਦੋਂ ਦੇ ਕੁਛ ਜਿਹੜੇ ਭਰਾ ਆਪਣੇ ਨਵੇਂ ਜੁੜੇ ਆ ਜਾਂ ਜਿਹੜੇ ਪੁਰਾਣੇ ਵੀ ਜੁੜੇ ਉਹਨਾਂ ਨੇ ਪਹਿਲੇ ਵਲੋਗ ਦੇਖੇ ਜਿੱਦਾਂ 2022 'ਚ ਜਦੋਂ ਵਲੋਗਿੰਗ ਸ਼ੁਰੂ ਕੀਤੀ ਸੀ, ਹੁਣ 23 ਆ ਗਿਆ ਹਨਾ, ਤੇ ਇੱਕ ਦੋ ਵਲੋਗ ਆਪਾਂ 2021 'ਚ ਵੀ ਪਾਏ ਜਦੋਂ ਬਿਲਕੁਲ ਚੈਨਲ ਸਟਾਰਟ ਕੀਤਾ ਸੀ, ਉਦੋਂ ਡੇਲੀ ਵਲੋਗ ਨਹੀਂ ਕਰਦੇ ਸੀ, ਉਦੋਂ ਮਹੀਨੇ 'ਚ ਇੱਕ ਅੱਧਾ ਵਲੋਗ ਪਾਈਦਾ ਸੀ ਕਿਤੇ, ਤੇ ਉਹ ਬਾਈਆਂ ਦੇ ਵਿੱਚ ਕਮੈਂਟ ਆਏ ਕਹਿੰਦੇ ਬਾਈ ਜੋ ਥਿੰਕਿੰਗ ਜਿੱਦਾਂ ਤੂੰ ਪਹਿਲਾਂ ਸੀ 2021-22 'ਚ ਉੱਦਾਂ ਦਾ ਤੂੰ ਆ ਜਾ, ਨਹੀਂ ਤਾਂ ਲੋਕ ਥੋੜ੍ਹੀ ਜਿਹੀ ਫੇਮ ਦੇ ਨਾਲ ਹਵਾ 'ਚ ਆ ਜਾਂਦੇ ਆ, ਜਾਣੇ ਮੇਰੀ ਆਪਾਂ ਸੁਭਾਅ ਹੀ ਹੁੰਦਾ, ਸੁਭਾਅ ਨੂੰ ਕਿੱਦਾਂ ਚੇਂਜ ਕਰ ਲੂੰਗਾ ਮੈਂ, ਉਦੋਂ ਵੀ ਸੁਭਾਅ ਇੱਦਾਂ ਦਾ ਸੀ, ਪੈਸਾ ਧੇਲਾ ਉਹਨਾਂ ਕਿਤੇ ਸੁਭਾਅ ਵੀ ਚੇਂਜ ਹੋ ਜਾਂਦਾ, ਹੁੰਦੇ ਹੋਣਗੇ ਲੋਕਾਂ ਦੇ ਪਰ ਆਪਣਾ ਨਹੀਂ ਹੋਇਆ, ਆਪਾਂ ਤਾਂ ਮਾਲਕ ਗਾੜੀ ਜਦੋਂ ਅਰਦਾਸ ਬੇਨਤੀ ਕਰੀਦੀ ਆ ਉਦੋਂ ਇਹੋ ਆਖੀ ਜਾ ਸੱਚੇ ਪਾਤਸ਼ਾਹ ਸਭ ਕੁਝ ਤੇਰਾ ਹੀ ਆ, ਤੇਰੀਆਂ ਮੇਰਾ ਰਹਿਮਤਾਂ ਨਾ, ਸਾਡੀ ਤਾਂ ਕੋਈ ਘਾਤ ਹੀ ਨਹੀਂ ਤਾਂ ਆਪਣੀ ਸੱਚੀ ਕੋਈ ਘਾਤ ਨਹੀਂ ਹੈਗੀ ਜਾਣ ਮੇਰੀਏ, ਤਾਂ ਕਰਕੇ ਆਪਾਂ ਸਭ ਕੁਝ ਮਾਲਕ 'ਤੇ ਸੁੱਟਿਆ ਵਾ, ਜਿੱਦਾਂ ਜਿੱਦਾਂ ਚੱਲੀ ਜਾਂਦੇ ਹਾਂ ਉਹ ਚਲਾਈ ਜਾਂਦਾ ਆਪਾਂ ਨੂੰ ਹਨਾ, ਆਪਾਂ ਆਪ ਨਹੀਂ ਚੱਲਦੇ ਉਹ ਚਲਾਉਂਦਾ ਆਪਾਂ ਨੂੰ, ਆਪਾਂ ਸੋਚਦੇ ਆਪਾਂ ਆਹ ਕੰਮ ਕੀਤਾ ਉਹ ਕੀਤਾ ਆਪਾਂ ਨਹੀਂ ਕਰਦੇ, ਉਹਦੇ ਹੁਕਮਾਂ ਹੀ ਹੁੰਦੇ ਹੁੰਦੇ ਸਾਰੇ। ਬਾਕੀ ਜਾਣ ਮੇਰੀ ਅੱਜ ਕੰਮ ਤਾਂ ਨਿਕਲ ਕੇ ਵਲੋਗ 'ਤੇ ਬਣਾਇਆ ਨਹੀਂ, ਅੱਜ ਕਮੈਂਟ ਪੜ੍ਹ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ, ਫਿਲਹਾਲ ਅੱਜ ਜਿੰਮ ਵੀ ਕੈਂਸਲ ਕਰਤਾ ਕਿਉਂਕਿ ਧੁੰਦ ਬਹੁਤ ਜ਼ਿਆਦਾ ਪੈ ਜਾਂਦੀ ਹੈ ਅਤੇ 6:30 ਹੋ ਗਏ ਅਤੇ ਟ੍ਰੈਫਿਕ ਹਜੇ ਵੀ ਬਹੁਤ ਜ਼ਿਆਦਾ ਹਨਾ, ਉੱਥੇ ਹੀ ਫਸੇ ਫਿਰਦੇ ਹਾਂ, ਅਤੇ ਮੇਰਾ ਇਰਾਦਾ ਇਹ ਹੈ ਕਿ ਘਰ ਜਾਈਏ, ਅੱਜ ਡਾਈਟ ਡਿਊਟੀ ਨਹੀਂ ਖਾਧੀ, ਅੱਜ ਸ਼ਹਿਰ ਆਏ ਹਾਂ ਸਵੇਰੇ ਜਦੋਂ ਘਰੋਂ ਨਿਕਲੇ ਉਦੋਂ ਓਟਸ ਖਾਧੇ, ਸ਼ਹਿਰ ਆ ਕੇ ਤੁਰੇ ਫਿਰ ਤੁਹਾਨੂੰ ਪਤਾ ਕੀ ਡਾਈਟ ਖਾਣੀ ਹੁੰਦੀ ਹਨਾ, ਅਤੇ ਜਿੰਨਾ ਮਾੜਾ ਮੋਟਾ ਖਾਧਾ ਤਾਂ ਫਿਰ ਐਨਰਜੀ ਵੀ ਉਨੀ ਨਹੀਂ ਹੈਗੀ ਜਿੰਮ ਦੇ ਵਿੱਚ, ਐਵੇਂ ਸਰੀਰ ਨੂੰ ਰਗੜਾ ਲਾਉਣ ਵਾਲੀ ਗੱਲ ਆ, ਕੋਈ ਨਹੀਂ ਅੱਜ ਸਮਝ ਲਾਂਗੇ ਇੱਕ ਦਿਨ ਛੁੱਟੀ ਸਹੀ ਹਨਾ, ਇਹ ਕੰਮ ਕਰਕੇ ਮੰਨੇ ਨੇ ਸ਼ੁਰੂ ਕੀਤੀ ਕੱਲ੍ਹ ਦੀ ਭਾਵੇਂ ਕਿਰਪਾ ਨਾ, ਹੁਣ ਮੇਰਾ ਲੱਗਦਾ ਕਿ ਸਿੱਧਾ ਘਰੇ ਚੱਲੀਏ ਅਤੇ ਜਾਂ ਚੱਲੀਏ ਹਰਮਨਲ ਅਤੇ ਉੱਥੇ ਜਾ ਕੇ ਮਾਰਦੇ ਗੱਲਾਂ ਪਤਾ ਰੱਖਣ, ਬਾਕੀ ਜੋ ਗੱਲਾਂ ਅੱਜ ਮੇਰੇ ਦਿਮਾਗ 'ਚ ਜਾਂ ਦਿਲ 'ਚ ਚੱਲਣ ਡੀਆਂ ਅੱਜ ਤੁਹਾਡੇ ਨੇ ਕਰਨੀਆਂ ਵਾ ਹਨਾ, ਅਤੇ ਬਾਅਦ 'ਚ ਤੁਹਾਨੂੰ ਪਤਾ ਬਲੌਗ ਫੰਕਸ਼ਨ ਵਾਲੇ ਹੋਣੇ ਆ, ਕੱਲ੍ਹ ਸਾਡੀ ਕੋਸ਼ਿਸ਼ ਸੀ, ਉੱਦਾਂ ਸਾਡੀ ਅੱਜ ਕੋਸ਼ਿਸ਼ ਸੀ ਕਿ ਇੱਥੋਂ ਟਾਈਮ ਸਿਰ ਵਿਹਲੇ ਹੋ ਜਾਵਾਂਗੇ, ਪਿੰਡ ਜਾ ਕੇ ਟਰੈਕਟਰ ਦਾ ਅਤੇ ਥਾਰ ਦਾ ਟੋਚਨ ਪਾ ਕੇ ਵੇਖਣਾ ਵਾ, ਪਰ ਹੁਣ ਕੱਲ੍ਹ ਆਪਣਾ ਇਹ ਬਲੌਗ ਆਪਣਾ ਬਣਾਵਾਂਗੇ, ਮਤਲਬ ਅੱਜ ਚਲੋ ਆਪਣਾ ਦਿਲ ਦੀਆਂ ਗੱਲਾਂ ਨਾਲ ਬਣ ਜਾਣਾ ਹਨਾ, ਤੁਹਾਡੇ ਨਾਲ ਗੱਲਾਂ ਪਤਾ ਕਰਦੇ ਖੁੱਲ੍ਹ ਕੇ, ਅਤੇ ਕਮੈਂਟ ਕਾਫੀ ਮੈਂ ਪਹਿਲਾਂ ਵੀ ਰੱਖੇ ਹੁੰਦੇ ਸਕਰੀਨਸ਼ੋਟ ਮਾਰ ਕੇ, ਉੱਦਾਂ ਹੀ ਆਪਣੇ ਜਦੋਂ ਮੈਂ ਵਲੌਗ ਬਣਾਉਂਦਾ ਉਹਦੇ ਵਿੱਚ ਤੁਹਾਡੇ ਕਮੈਂਟਾਂ ਦਾ ਜਵਾਬ ਦਿੰਦਾ ਰਹਿੰਦਾ ਵਾਂ, ਪਰ ਅੱਜ ਸਾਰੇ ਕਮੈਂਟ ਆਪਾਂ ਜਿਹੜੇ ਰੱਖੇ ਪੁਰਾਣੇ ਮੈਂ ਹੁਣ ਤੱਕ ਦੇ ਜਿਨ੍ਹਾਂ ਦੇ ਜਵਾਬ ਅਜੇ ਤੱਕ ਨਹੀਂ ਦਿੱਤੇ ਸੀ, ਦੇਣੇ ਬਣਦੇ ਆ ਹਨਾ, ਕਿ ਜਿਹਨਾਂ ਤੋਂ ਭਰਾਵਾਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ, ਅਤੇ ਉਹ ਚੀਜ਼ ਅੱਜ ਉਹਨਾਂ ਚੀਜ਼ਾਂ ਦੇ ਕਮੈਂਟਾਂ ਦੇ ਜਵਾਬ ਦੇਵਾਂਗੇ। ਬਸ ਆਹ ਟ੍ਰੈਫਿਕ 'ਚੋਂ ਨਿਕਲ ਜਾਈਏ, ਹੋਰ ਨਹੀਂ ਕੋਈ ਗੱਲ, ਇੱਕ ਤਾਂ ਕਾਲੇ ਬੜੇ ਭਰਾ ਆਉਂਦੇ ਆ ਨਾ, ਅਸੀਂ ਇਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਬਾਈ, ਕੋਈ ਨਹੀਂ ਤੁਸੀਂ ਕੱਢ ਲਓ, ਹੈਂ ਬਾਅਦ ਚੱਲ ਜਾ, ਕੋਈ ਗੱਲ ਨਹੀਂ, 2 ਮਿੰਟ ਦਾ ਫਰਕ ਪੈਂਦਾ, 5 ਮਿੰਟ ਦਾ ਪੈਜੂ, 10 ਮਿੰਟ ਦਾ ਪੈਜੂਗਾ, ਐਵੇਂ ਗੱਡੀ 'ਚ ਕਿੰਨਾ ਸਾਈਡ ਲਾ ਕੇ ਸਿਰ ਖਵਾਈ ਕਰੀ ਜਾਵਾਂਗੇ, ਫਾਇਦਾ ਕੋਈ ਨਹੀਂ, ਵੇਖਿਆ ਲੜਦੇ ਵੇਖੇ ਨਾ ਤੁਸੀਂ ਕਈ ਹਨਾ, ਮਾੜੀ ਸਾਈਡ ਲਾ ਜਾਂਦੀ ਦੇ ਛਤਰੋ ਛਤਰੀ, ਇਹ ਛਤਰੋ ਛਤਰੀ ਹੋ ਗਏ ਕਿਹੜਾ ਕੁੜੀ ਗੱਡੀ ਬਣ ਜਾਣੀ ਹੁੰਦੀ ਆ, ਆਪਣਾ ਐਵੇਂ ਕਰਾ ਲੈਂਦੇ ਆ, ਮੇਰੀ ਬਦੀ ਨਾਲ ਗੱਡੀ ਵੱਜੀ ਮੈਂ ਚੁੱਪ ਗਿਆ ਉੱਤਰ ਕੇ, ਮੈਂ ਨਾ ਕੋਈ ਨੀ ਵੀਰ ਕੋਈ ਨੀ ਬਸ ਠੀਕ ਆ, ਭਾਵੇਂ ਗਲਤੀ ਕਿੱਦਣ ਕਿੱਥੇ ਆਇਆ ਭਲਾ ਤੂੰ ਨਾ, ਜਦ ਰੂਬੀ ਕੋਲ ਆਇਆ ਆਪਣਾ ਡਰਾਈਵਰ ਵਾਲਾ ਕਿੱਥੇ, ਉਦਣ ਵੀ ਆਪਾਂ ਤੇ ਉਹ ਚੀਜ਼ ਦਾ ਵਲੌਗ ਵੀ ਨੀ ਬਣਾਉਂਦੇ, ਸਹੀ ਗੱਲ ਦੱਸੀ ਨਾ, ਸਾਡੀ ਬਈ ਬੜੀ ਵਾਰ ਗੱਡੀ ਗੁੱਡੀ ਵੱਜੀ ਨਾ, ਅਸੀਂ ਕਦੀ ਨੀ ਉਸ ਚੀਜ਼ ਦਾ ਵਲੌਗ ਬਣਾਇਆ ਹਨਾ, ਛੇਤੀ ਕਿਤੇ ਆ ਜਾਂਦੇ ਤੇ ਮੈਂ ਇਧਰੋਂ ਕੰਮ ਖਿੱਚਦੇ, ਸਾਡੀ ਇੱਕ ਦਰਾਂ ਨਹੀਂ ਆ ਯਾਰ, ਆਪਾਂ ਆਖੀ ਪਤਾ ਕੀ ਹੁੰਦਾ ਮੰਨੇ ਨਹੀਂ ਗੱਲ ਹੋਰ ਕੋਈ ਨੀ, ਭਾਵੇਂ ਗਲਤੀ ਅਗਲੇ ਦੀ ਹੋਵੇ, ਤਕਰੀਬਨ ਸਾਡੀ ਜਿੰਨੀ ਵਾਰ ਵੀ ਗੱਡੀ ਵੱਜੀ ਨਾ ਤਕਰੀਬਨ ਦੂਜੇ ਦੀ ਬੰਦੇ ਦੀ ਗਲਤੀ ਹੁੰਦੀ ਸੀ, ਅਸੀਂ ਤਾਂ ਵੀ ਕੁਛ ਨਹੀਂ ਕਿਹਾ ਕਿਉਂਕਿ ਗੱਡੀ ਜਾਣ ਬਣਦੀ ਜਾਣੀ ਦੀ ਕਿਸੇ ਚਪੇੜਾ ਮਾਰਿਆ ਹਨਾ,
ਗੱਲ ਕਰਦੀ ਉਹ ਵੀ ਕਿਸੇ ਦਾ ਪੁੱਤ ਆ ਜਾਂ ਕਿਸੇ ਦਾ ਮਤਲਬ ਪਿਓ ਹੁੰਦਾ ਵਿੱਚ, ਹਨਾ ਇਨਸਾਨੀਅਤ ਹੋਣੀ ਚਾਹੀਦੀ ਬੰਦੇ ਦੇ ਵਿੱਚ। ਜਦੋਂ ਵੀ ਨਾ ਚਪੇੜਾ ਮਾਰ ਕੇ ਜਾਂ ਉਹਨੂੰ ਮਾੜਾ ਚੰਗਾ ਬੋਲ ਕੇ ਜੇ ਤਾਂ ਆਪਣੀ ਗੱਡੀ ਬਣਦੀ ਆ ਤਾਂ ਫਿਰ ਬੰਦਾ ਬੋਲ ਲੇ। ਜਿਹੜਾ ਨੁਕਸਾਨ ਹੋਣਾ ਹੋ ਗਿਆ, ਕੋਈ ਨਹੀਂ ਚਾਹੁੰਦਾ ਹੁੰਦਾ ਕਿ ਮੈਂ ਕਿਸੇ ਜਾਣ ਕੇ ਗੱਡੀ ਮਾਰਾਂ। 100 ਪਿੱਛੇ 1-2 ਕੇਸ ਇਹੋ ਜਿਹੇ ਹੁੰਦੇ ਆ। ਸੋ ਬਾਕੀ ਕੋਈ ਗੱਲ ਨਹੀਂ, ਜਿਹੜਾ ਨੁਕਸਾਨ ਕਰਮਾ ਲਿਖਿਆ ਹੋਣਾ ਵਾ ਕੋਈ ਗ੍ਰਹਿ ਹੀ ਟਲਦਾ ਹੁੰਦਾ ਵਾ, ਇਹ ਸੋਚ ਲਿਆ ਕਰੋ। ਅਤੇ ਬਾਬੇ ਦਾ ਨਾਂ ਲੈ ਕੇ ਗੱਡੀ ਏਜੰਸੀ ਲਾਇਆ ਕਰੋ, ਇੰਸ਼ੋਰੈਂਸ ਕਰਾ ਕੇ ਰੱਖਿਆ ਕਰੋ, ਹਨਾ ਇੰਸ਼ੋਰੈਂਸ ਗੱਡੀ ਫਿਰ ਬਣ ਜਾਂਦੀ ਆ। ਹਾਂ ਜੇ ਬੰਦੇ ਦਾ ਕੋਈ ਨੁਕਸਾਨ ਹੋਇਆ ਤੁਹਾਨੂੰ ਪਤਾ ਉਹ ਭਰਨਾ ਔਖਾ, ਲੱਤ ਬੰਨ ਦੁਬਾਰਾ ਉਹੋ ਜਿਹੀ ਨਹੀਂ ਬਣਦੀ। ਇੰਨਾ ਸ਼ੁਕਰ ਕਰਿਆ ਕਰੋ ਕਿ ਆਪਣਾ ਜੇ ਜਾਨੀ ਨੁਕਸਾਨ ਨਹੀਂ ਹੋਇਆ, ਕੋਈ ਲੱਤ ਬਾਹ ਨੁਕਸਾਨ ਨਹੀਂ ਹੋਇਆ, ਤਾਂ ਰੱਬ ਦਾ ਸ਼ੁਕਰ ਬਣਾ ਕੇ ਗੱਡੀ ਏਜੰਸੀ ਲਾਓ ਅਤੇ ਇੰਸ਼ੋਰੈਂਸ ਆਪਣੀ ਫੁੱਲ ਰੱਖਿਆ ਕਰੋ। ਇਹ ਚੀਜ਼ ਤੁਹਾਨੂੰ ਮੈਂ ਇੱਕ ਚੰਗੀ ਸਲਾਹ ਦਊਂਗਾ, ਇੰਸ਼ੋਰੈਂਸ ਫੁੱਲ, ਹਨਾ। ਮੇਰੀ ਡਰਾਈਵਰ ਦੀ ਜਿੱਦਾਂ ਹੁਣ ਮੁੱਕੀ ਸੀ, ਡਰਾਈਵਰੀ ਵਿਚਾਰੀ ਕਹਿੰਦੀ ਚਲੋ ਜੀ ਬਾਏ ਬਾਏ ਲਵ ਯੂ। ਲੈ ਵੀ ਮਿੱਤਰਾ ਗੱਲ ਇੱਦਾਂ ਵਾ ਤੇ ਲੱਗਦਾ ਨਹੀਂ ਮਿਲੇ ਆਂਡੇ। ਓ ਹੋ ਸਰਪੰਚ ਪੰਮੀ ਕੋ ਫੜ ਦਿੰਦੇ ਸਰਪੰਚ। ਓ ਲੈ ਗੋਰੀ ਵੀ ਆ ਗਿਆ ਬਾਜ ਨੂੰ ਵਿੱਚ ਹੀ, ਆ ਜਾ ਪੁੱਤ ਆ ਜਾ ਆ ਜਾ ਖੁੱਡੇ 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 ਐਨੂੰ ਆ ਜਾ ਆ ਜਾ ਆ ਚਲੀਏ ਸਰਪੰਚ ਕੀਤਾ ਮੌਕੇ ਤੇ ਫੋਨ ਤੇ ਸ਼ਹਿਰੋਂ ਫੜ ਲੈਣਾ ਸੀ, ਕਹਿੰਦੇ ਆਂਡੇ ਮੌਕੇ ਲੈ। ਚੱਲ ਕੋਈ ਨੀ, ਇੱਕ ਹੱਡੀ ਤੋਂ ਮਿਲੇ ਨੀ ਜੇ ਇਹੋ ਜਿਹੀ ਹੱਡੀ। ਅੰਡੇ ਪੈਣੇ ਵੀ ਇਹੋ ਮਹੀਨੇ ਨਾ, ਇੱਕ ਅੱਧਾ ਮਹੀਨਾ ਹੋਰ ਪੈਣੇ ਬਾਅਦ ਚੋਂ ਫੜ ਲੈਣੇ, ਕਿਉਂਕਿ ਅਗਲੇ ਮਹੀਨੇ ਅੰਡੇ ਬੰਦ ਕਰਨੇ ਪੈਣੇ ਬਾਰੇ ਗਰਮੀ ਹੋ ਜਾਣੀ ਅੱਗੇ ਸਾਲ ਦਿਨ ਗਰਮੀ, ਤਾਂ ਹੀ ਤੇ ਬਾਹਰ ਪਿਆ ਰਹਿੰਦਾ ਠੰਡ ਠੁੰਡ ਲੱਗਦੀ ਥੋੜੀ ਨਾ ਸਾਲੇ ਨੂੰ, ਐਦੀ ਕਰ ਲਈਏ। ਲੈ ਵੀ ਅੱਜ ਪਿੰਡ ਦੀਆਂ ਗਲੀਆਂ ਘੁੰਮੀਆਂ ਜਾਣਗੀਆਂ ਹੈ। ਸੜਕਾਂ ਬਣੀਆਂ ਜੀ ਸੜਕਾਂ, ਸਾਡੇ ਸਰਪੰਚ ਨੇ ਇਹ ਗੱਲੋਂ ਕੱਟਾ ਕੱਟੀ ਕੱਢਿਆ ਜੀ। ਇਹ ਸਿਫਤ ਕਰਨੀ ਪਊ ਕਾਲੀ ਵਾਲੇ ਸਰਪੰਚਾਂ ਦੀ, ਹਨਾ ਉਹਨਾਂ ਨੇ ਕੱਟਾ ਕੱਟੀ ਕੱਢਿਆ ਜੀ ਪਿੰਡ ਚ ਸੜਕਾਂ ਬਣਾ ਛੱਡੀਆਂ, ਕਹਿੰਦੇ ਕਿਆ ਬਾਤ ਹੋਈ ਪਈ ਹੈ ਇੱਥੋਂ ਨੀ ਮਿਲੇ ਪਿੰਡ ਚੋਂ ਆਂਡੇ ਮੁੱਕ ਗਏ। ਵੱਡੀ ਮਾੜੀ ਕਿਸਮਤ ਹੈ। ਦਾਦਾ ਗੱਡੀ ਕਿੱਥੇ ਲੱਗੀ ਯਾਰ, ਹੈ ਵਿੱਚ ਕੋਈ ਗੱਡੀ ਤੇ? ਉਹ ਮੁੰਡਾ ਦੁਕਾਨ ਚ, ਦੁਕਾਨ ਚ ਗੱਡੀ ਕਰੋ ਬਸ, ਮਾੜਾ ਰਾਹ ਦਿਓ ਭਾਈ, ਗੱਡੀ ਸ਼ਾਹ ਪਰੇ ਕਰੀ ਮੜੀ ਦੇ ਦਿਓ ਭਾਈ, ਰਾਹ ਦੇ ਦਿਓ ਸਾਨੂੰ ਮਾੜਾ ਜਿਹਾ ਲੰਘਣ ਜੋਗਾ ਹੁੰਦਾ ਹੈ, ਸਾਰੀਆਂ ਗਲੀਆਂ ਚ ਪਿੰਡ ਦੀਆਂ ਹੈ। ਦਾਦਾ ਤੀਜੀ ਹੱਡੀ ਚੱਲੇ ਜੀ ਅਸੀਂ, ਦੋਵਾਂ ਹੱਡੀਂ ਵਾਲੇ ਦੇਈਏ ਜਵਾਬ ਸਾਨੂੰ ਆਂਡਿਆਂ ਤੋਂ, ਬਿਲਕੁਲ ਹੀ ਜੇ ਤੀਜੀ ਹੱਡੀ ਤੋਂ ਨਾ ਮਿਲੇ ਹੱਡੀਆਂ ਆਪਣੇ ਪਿੰਡ ਘੱਟੋ ਘੋੜੇ ਮੰਨਿਆ 15-20 ਹੋਣੀਆਂ ਨੇ ਏਰੀਆਂ ਪਾ ਕੇ, ਹੈ ਆਪਾਂ ਨੂੰ ਆਂਡੇ ਤੱਕ ਮਤਲਬ ਹੀ ਬਸ ਆਂਡੇ ਮਿਲਣੇ ਚਾਹੀਦੇ ਜੀ। ਇਹ ਤਾਂ ਮਾਮਾ ਤੂੰ ਆਪਣੇ ਘਰਾਂ ਨੂੰ ਪਵਾਲੀ ਕਿਤੇ ਸਾਰੇ ਉਤਰ ਜਾਈ, ਲੈ ਮਿੱਤਰਾ ਮੰਨੇ ਦਾ ਘਰ ਹੈ ਪਾਸੇ ਮੰਨਾ ਵਾਲੀ ਕਿ ਭਾਜੀ ਤੁਸੀਂ ਚਲੋ ਮੈਂ ਆਉਂਦਾ ਬਰਾਂਡੇ 'ਚ ਲੈ ਕੇ, ਇਹ ਨਾ ਬੋੜਿਆ ਬਾਅਦ ਚੋਂ ਮੁਰਗੀ ਚੁੱਕ ਲੈਣੀ ਕਿਹੜੇ ਪਾਸੇ ਰਾਈਟ ਕਿਹੜੀ ਜਾ ਵੇ ਇੱਥੋਂ ਮਿਲਦੇ ਤੇ ਫਿਰ ਮੈਂ ਗੱਡੀ ਮੋੜ ਕੇ ਲਿਆਵਾਂ, ਗੱਡੀ ਮੋੜ ਕੇ ਐ ਵੀ ਮਿੱਤਰਾ ਬਣ ਗਈ ਉਹ ਗੱਲ ਹੈਂ, ਇੱਕੋ ਟਰੇ ਮਿਲੀ ਆ ਇੱਕੋ ਮਿਲ ਗਈ ਸ਼ੁਰੂ। ਚੱਲ ਬੜੀ ਇੱਕ ਹੀ ਯਾਰ, ਅੱਜ ਸਰਪੰਚ ਦਾ ਟਾਈਮ ਲੰਘ ਜਾਊਗਾ, ਨਾ ਸਰਪੰਚ ਹੋਣੀ ਭੁੱਖੇ ਮਰਨਗੇ ਨਾ ਸਾਡਾ ਕੁੱਤਾ ਭੁੱਖਾ ਮਰੂਗਾ, ਹੈਂ ਉਹ ਬਾਬੇ ਨੇ ਤੈਨੂੰ ਸੁਣਾ ਦਿੱਤਾ ਸੀ ਬਾਬਾ ਦੱਸਿਆ ਨਹੀਂ ਤੁਹਾਨੂੰ, ਗਲਤ ਗੱਲ ਹੈ ਗੁਰੂਆ ਮੈਨੂੰ ਸੱਚੀ ਨਹੀਂ ਚੇਤਾ ਸਰ ਜੀ, ਸਵੇਰੇ ਆਪਾਂ ਸੇਵਾ ਪਾ ਕੇ ਜਾਣੀ ਤੇ ਨਾਲੇ ਆਪਾਂ ਦਰਸ਼ਨ ਮਿਲੇ ਕਰ ਜਾਣੇ, ਹਨਾ ਚੇਤੇ ਨਾਲ ਚੇਤਾ ਰਹਿ ਕਰੋ ਮਾਮੇ, ਇਹੋ ਚੀਜ਼ਾਂ ਦਾ ਇਹੋ ਜਿਹੇ ਮੌਕੇ ਬਾਰ ਬਾਰ ਥੋੜ੍ਹੀ ਮਿਲਦੇ, ਖੰਡ ਪਰਸੋਂ ਤਾਂ ਭੋਗ ਦੇਣਾ ਪੈਣਾ ਇੱਥੇ।
ਆਪਣਾ ਹੀ ਸਵੇਰੇ ਹਰ ਹਾਲ ਚ ਠੀਕ ਹੈ ਚੇਤਾ ਰੱਖੀ ਆਪਾਂ ਉੱਠ ਕੇ ਨਾ ਗੁਰਦੁਆਰਾ ਸਾਹਿਬ ਜਾਣਾ ਮੱਥਾ ਟੇਕਣ ਆਪਾਂ ਸਵੇਰੇ ਆਪਣੇ ਗੁਰਦੁਆਰਾ ਸਾਹਿਬ ਮੱਥਾ ਟੇਕ ਲਾਂਗੇ ਨਾਲੇ ਤੇ ਨਾਲੇ ਆਪਾਂ ਕੰਮ ਕਰਦੇ ਹਾਂ ਮਤਲਬ ਪਹੁੰਚ ਗਏ ਯਾਰ ਹੁਣੀ ਘਰੇ ਹੈ ਮੈਨੇ ਖੋਲੋ ਗੇਟ ਗੱਡੀ ਲਾਈਏ ਅੰਦਰ ਤੇ ਭੁੱਖ ਲੱਗੀ ਮਾਤਾ ਵਿਚਾਰੀ ਚੌਲ ਬਣਾਏ ਤੇ ਮਾਤਾ ਕਹਿਣ ਵੀ ਡੇਈ ਦੁਪਹਿਰੇ ਕਦੀ ਪੁੱਤ ਖਾ ਕੇ ਚੱਲ ਜੀ ਤੇ ਅਸੀਂ ਸਾਨੂੰ ਇਹ ਕਿ ਅਸੀਂ ਆ ਜਾਣਾ ਦੋ ਘੰਟੇ 'ਚ ਕੰਮ ਹੀ ਖਰਾਬ ਹੋ ਗਿਆ ਹੈਂ ਪਰ ਚੌਲ ਹੁਣ ਖਾਏਗੇ ਭੁੱਖ ਬਹੁਤ ਲੱਗੀ ਆ ਕਿਉਂਕਿ ਅੱਜ ਜਿੰਮ ਨਹੀਂ ਜਾਏਗੀ ਜਿੰਮ ਦਾ ਤਾਂ ਕੈਂਸਲ ਕਰਤਾ ਜਾਣ ਮੇਰੀ 7 ਵੱਜ ਗਏ ਸੀ ਅਤੇ ਗੱਲ ਕਰੀ ਹੁਣ ਖਾਧਾ ਪੀਤਾ ਵੀ ਕਿਉਂ ਨਹੀਂ ਜੇ ਜਿੰਮ ਚਲ ਗਏ ਫਿਰ ਧੁੰਦ ਕਰਕੇ ਲੇਟ ਹੋ ਜਾਣਾ ਕੱਲ੍ਹ ਹੀ ਬੜੇ ਔਖੇ ਹੋ ਗਏ ਆਏ ਅਸੀਂ ਜਾ ਜਾ ਚੱਲ ਚੱਲ ਟੱਪੋ ਕਹਿੰਦਾ ਸਰਪੰਚ ਹੋਣੀ ਅੰਦਰ ਬੜੇ ਜਾਣੇ ਆ ਬੂਹਾ ਖੋਲ੍ਹਣ ਨਹੀਂ ਡੈ ਇੱਦਾਂ ਕਹਿੰਦਾ ਟੱਪਣੀ ਪੈਣੀ ਲੱਗਦੀ ਮੈਨੂੰ ਚੱਲ ਵੀ ਮਿੱਤਰਾ ਰਾਣੀ ਲਾਈਏ ਸਾਈਡ 'ਤੇ ਅਤੇ ਕੁਝ ਖਾਈਏ ਐਹ ਪ੍ਰਧਾਨ ਹੈ ਮੇਰਾ ਪੱਕਾ ਜੋਟੀ ਹੈ ਅੱਜ ਇਹਨੇ ਮਿਸ ਕੀਤਾ ਨਾ ਕਿ ਢਿੱਲੋਂ ਨਹੀਂ ਕਿੱਥੇ ਚਲ ਗਏ ਅੱਜ ਹੈ ਅੱਜ ਸਾਰਾ ਦਿਨ ਜਿਹੜਾ ਮੈਨੂੰ ਪਿਆਰ ਕਰਨ ਵਾਲਾ ਬੰਦਾ ਘਰੇ ਨਹੀਂ ਵੜਿਆ ਹੈ ਸਵੇਰੇ ਵੀ ਨਿਕਲ ਗਿਆ ਉਦੋਂ ਵਿਚਾਰਾ ਸੁੱਤਾ ਸੀ ਉਹਨੇ ਸਵੇਰੇ ਵੀ ਇਹਦਾ ਗੱਲਬਾਤ ਕੀਤੀ ਨਹੀਂ ਗਈ ਹੈਂ ਵੇਖੀ ਓ ਪ੍ਰਧਾਨ ਕਿੱਥੇ ਆ ਪੁੱਤ ਹੈ ਕਿੱਥੇ ਆ ਆ ਜਾ ਮੇਰਾ ਪੁੱਤ ਕਿੱਦਾਂ ਮੇਰਾ ਪੁੱਤ ਕਿੱਦਾਂ ਫਿਰ ਓਏ ਹਾਂ ਲੈ ਆਹ ਚੜ੍ਹਦਾ ਹੁਣ ਤੂੰ ਦੱਸਦਾ ਨਹੀਂ ਤੈਨੂੰ ਦਿੰਦਾ ਕਿਸ ਦਿਨ ਹੂਟਾ ਤੈਨੂੰ ਦਿੰਦਾ ਕਿੱਦਾਂ ਮੇਰਾ ਪੁੱਤ ਮਿਸ਼ ਕੀਤਾ ਮੈਨੂੰ ਮਿਸ਼ ਕੀਤਾ ਹੀ ਦੱਸਦਾ ਨਹੀਂ ਮਿਸ਼ ਕੀਤਾ ਓਏ ਛੋਣਿਆ ਬਾਕੀ ਕਿੱਥੇ ਕਹਿੰਗੇ ਤੇਰੇ ਨਾਲ ਜੀ ਲੈ ਹੁਣ ਮੈਨੇ ਮੇਰੇ ਕੱਪੜੇ 'ਤੇ ਲਪੇਟਦੇ ਨਾ ਜਦੋਂ ਆਪਾਂ ਇਹਨੂੰ ਮਜ਼ਾ ਥੋੜ੍ਹੀ ਆਉਣਾ ਹੈ ਨਾ ਇੱਦਾਂ ਹੀ ਹੈ ਨਾ ਕੁਛ ਇੱਦਾਂ ਹੀ ਹੈ ਨਾ ਲੈ ਹਾਂ ਲੈ ਚਲ ਭਰਾ ਫਿਰ ਉਤਰਦੇ ਚੱਲ ਚੱਲ ਜਲਦੀ ਕਮਰੇ ਚੱਲੀਏ ਚਲੋ ਉਤਰਨ ਦਿਓ ਮੇਰਾ ਪੁੱਤ ਜਿਹਾ ਉਤਰ ਲੈਣ ਦਿਓ ਹੈਂ ਦੱਸਦਾ ਨਹੀਂ ਚੱਲ ਚੀਜ਼ੀ ਦਿੰਦਾ ਫਿਰ ਆਂਡੇ ਲੈ ਕੇ ਆਇਆ ਤੇਰੇ ਵਾਸਤੇ ਹੈਂ ਤੇਰੀ ਡਾਇਟ ਲੈ ਕੇ ਆਇਆ ਚੱਲ ਚੱਲ ਚੱਲੀਏ ਭਰਾਓ ਫਿਰ ਤਾਂ ਨਹੀਂ ਪੁੱਤ ਜਿਹੜਾ ਜਾਣਾ ਇਧਰਲੇ ਪਾਸੇ ਦੁੱਕਣ ਜਿਹੜਾ ਜਾਣਾ ਪਰਲੇ ਪਾਸੇ ਪਾਉਂ ਕਿਸੇ ਦਿਨ ਚੱਲ ਮੇਰਾ ਪੁੱਤ ਚੱਲ ਚੱਲ ਚੱਲੀਏ ਚੱਲ ਆ ਜਾ ਚੱਲ 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 ਮੇਰਾ ਪੁੱਤ ਚੱਲ ਚੱਲੀ ਅੰਦਰ ਚੱਲ ਮੈਨੇ ਚਾਬੀ ਕੱਢੀ ਕਮਰੇ ਦੀ ਚੱਲ ਚੱਲੀਏ ਖੁੱਲ੍ਹਾ ਚੱਲ ਕਿੱਥੇ ਆ ਚੱਲ ਆ ਜਾ ਗੇਟ ਮਾਰ ਦੋ ਬਾਹਰ ਲਾ ਸਰਪੰਚਾ ਬੱਤੀ ਬੰਦ ਫਿਰ ਹੈਂ ਉਹ ਕੱਟ ਲੱਗਣ ਡਿਆ ਉਹੀ ਨਾ ਕਿੰਨੇ ਆਉਂਦੀ ਭਲਾ ਸਵੇਰੇ ਛੇ ਬੰਦ ਹੁੰਦੀ ਆ ਦੱਸਣ ਦੀ ਸਵੇਰੇ 6 ਵਜੇ ਬੰਦ ਹੁੰਦੀ ਉਹਦੇ ਜਾ ਕੇ ਆਉਂਦੀ ਉਹ 11 ਵਜੇ ਤੇ ਹੁਣ ਵੀ ਜੇ ਕਿੰਨੇ ਵਜੇ ਬੰਦ ਹੋਈ ਪਤਾ ਲੱਗਾ 5 ਵਜੇ 8 ਵਜੇ ਤੋਂ ਪਹਿਲਾਂ ਤਾਂ ਨਹੀਂ ਆਉਂਦੀ ਮੇਰੇ ਹਿਸਾਬ ਨਾਲ ਪਤਾ ਕਿੱਥੇ ਆ ਅਜੇ ਪੁੱਤ ਪਾਣੀ ਪਾਵਾਂ ਤੈਨੂੰ ਹਾਂ ਪਾਣੀ ਆ ਡਾਇਟ ਤੇਰੀ ਤਿਆਰ ਹੋਣ ਡੀ ਉਹ ਸਰਪੰਚ ਨਹੀਂ ਕਰਨ ਡੇ ਇੱਧਰ ਹੈਂ ਕੋਲ ਜਾ ਖੜਾ ਭਰਾ ਮੋਸ ਨਾ ਮੇਰੇ ਪੁੱਤ ਆਪਾਂ ਕਹਿ ਰਹੇ ਤੀ ਸੋਚਦੇ ਨਾ ਸਿਆਲੇ ਨੇ ਕਿਹੜਾ ਪਾਣੀ ਪੀਣਾ ਪਰ ਜਿੰਨਾ ਵੀ ਭਰਾਵਾਂ ਨੇ ਰੱਖੇ ਅਸੀਂ ਤਾਂ ਧਿਆਨ ਰੱਖਿਆ ਕਰੋ ਮੈਂ ਤਾਂ ਜਦੋਂ ਪਿੰਡ ਆਵਾਂ ਮੈਂ ਇਹਨਾਂ ਵਿਚਾਰਿਆਂ ਦਾ ਪੂਰਾ ਧਿਆਨ ਰੱਖਦਾ ਮੇਰੇ ਮਤਲਬ ਥੋੜ੍ਹਾ ਕੰਮ ਖਰਾਬ ਹੁੰਦਾ ਮੈਨੂੰ ਪੀਣਾ ਲੱਗਦਾ ਆ ਵੇਖਦਾ ਕੁੱਤਾ ਤੇ ਆਇਆ ਸੀ ਨਾ ਅਤੇ ਇਹਨਾਂ ਕਿਹੜਾ ਵਿਚਾਰਿਆਂ ਨੇ ਮੂੰਹ ਬੁਲ ਕੇ ਕਹਿਣਾ ਹੁੰਦਾ ਕਿ ਸਾਨੂੰ ਤੇਹ ਲੱਗੀ ਆ ਜਾਂ ਉਹਨੂੰ ਭੁੱਖ ਲੱਗੀ ਆ ਹਾਂ ਪਾਣੀ ਹੈ ਪੁੱਤ ਇੱਧਰ ਕੀ ਬਿਨਾਂ ਦੱਸਦਾ ਨਹੀਂ ਡਾਇਟ ਤੇਰੀ ਤਿਆਰ ਹੋਣ ਡੀ ਆ ਅਤੇ ਪਾਉਣਾ ਥੋੜ੍ਹੇ ਚਿਰ ਨੂੰ ਠੀਕ ਆ ਭਰਾਓ ਮੇਰਾ ਪੁੱਤ ਆ ਜਾ ਆਨੰਦ ਲਿਆ ਕਰ ਮੇਰੇ ਹੁੰਦੇ ਆ ਤੂੰ ਹੈਂ ਦੱਸਦਾ ਨਹੀਂ ਗੈਂਗ ਅੱਗ ਬਲ ਕੇ ਬੈਠੀ ਗੋਰੀ ਵੀ ਆਉਣ ਡਿਆ ਗੋਰੀ ਆਹੋ ਬਰਗਰ ਮੈਂ ਕਿਹਾ ਮੈਂ ਲਾਇਆ ਬਰਗਰ ਦੋ ਤਿੰਨ ਕਿੱਥੇ ਉਹਨੇ ਉਸਤਾਦ ਲੈ ਕੇ ਆਉਣੇ ਵਧੀਆ ਗੱਲ ਨਾ ਲੈ ਕੇ ਆਊਗਾ ਕਿ ਮਾੜੀ ਚੀਜ਼ ਹੈ ਬਰਗਰ ਚੰਗੀ ਚੀਜ਼ ਹੈਂ ਦੱਸਦਾ ਨਹੀਂ ਆਹੋ ਉਹ ਆਪਣਾ ਅੰਦਰ ਨਹੀਂ ਬਾਲੀ ਅੱਗ ਅੰਦਰ ਉੱਥੇ ਮੈਂ ਹੈਂ ਪਾਣੀ ਵਾਲੇ ਚੁੱਲ੍ਹੇ ਤੇ ਰੇਲ ਦੀ
ਕੱਪੜੇ ਸਾਰੇ ਲਪੇਟਦੇ ਦੱਸਦਾ ਨੀ ਸੂਤਰ ਸਾਰੇ ਸਰਪੰਚ ਦਾ ਕੋਨਾ ਤੂੰ ਡੰਗ ਫਿਰਦੇ ਨੇ ਤੈਨੂੰ ਮੇਰੇ ਐ ਤੂੰ ਮੱਛਰ ਜਾਂਦਾ ਢਿੱਲੋ ਆ ਗਿਆ ਕਿਹੜਾ ਕਿਸੇ ਨੇ ਕੁਝ ਕਹਿਣਾ ਹੈਨਾ ਉਹਨਾਂ ਕੋ ਸੂਤਰ ਆਉਂਦਾ ਤੂੰ ਹੁਣ ਤਾਂ ਪ੍ਰਭਾਵ ਪੂਰਾ ਪਾਉਣ ਡਿਆ ਸਰਪੰਚ ਰਾਡੇ ਦੇਣਾ ਹੈ ਵੀ ਮਾਮਾ ਬਾਲਟੀ ਨਾ ਪੈਰ ਪਾਲੀ ਕਿਤੇ ਇਧਰ ਹਾਂ ਕਿਤੇ ਉਹ ਨਾ ਕੰਮ ਹੋ ਜੇ ਦੱਸਦਾ ਨੀ ਲੈ ਲੱਭ ਚੁੱਕੇ ਮੁੱਤਰ ਸ਼ੁਰੂ ਕਰਨਾ ਫਿਰ ਸਿਆਣੇ ਹੋਣਾ ਕਿੱਥੇ ਲੱਗਣ ਡਿਆ ਮੈਨੂੰ ਲੱਗ ਗਿਆ ਪਤਾ ਸਭ ਕਰਦਾ ਕਰਤਾ ਕੰਮ ਖਰਾਬ ਹੋਣਾ ਕਰਾਤੀ ਨਾ ਮੇਰੀ ਬੇਇੱਜ਼ਤੀ ਭੈਣ ਦੇ ਯਾਰ ਦੱਸਦਾ ਨੀ ਹੈਂ ਉਹ ਲੱਤਾਂ ਜਿਹਨੂੰ ਐਂ ਜੇ ਕਰੀ ਜਾਂਦਾ ਐਂ ਜੇ ਕਿਦਾਂ ਜੋਰ ਜਾਂ ਲੋਂਡਿਆ ਨਹੀਂ ਕੋਈ ਨਹੀਂ ਮੇਰਾ ਮਜ਼ਾਕ ਕਰਦੇ ਵੇਲਾ ਤੈਨੂੰ ਹਲੇ ਉਮਰ ਛੋਟੀ ਹੈ ਨਾ ਹਲੇ ਉਮਰ ਛੋਟੀ ਐਂਡ ਪ੍ਰੈਕਟਿਸ ਨਾ ਨਾ ਨਹੀਂ ਹਲੇ ਉਮਰ ਛੋਟੀ ਹੈ ਤੇ ਤੁਹਾਡੀ ਭੈਣ ਹਾਏ ਤੇਰਾ ਬਣੀ ਹੈਗਾ ਸੱਚੀ ਆਂਡੇ ਸਾਲੇ ਕੋਈ ਕਿਸੇ ਦੁਕਾਨ ਤੋਂ ਨੀ ਮਿਲੇ ਇੱਕ ਤੋਂ ਮਿਲੇ ਮੰਨੇ ਘਰ ਜਿੱਥੋਂ ਆਸ ਕੋਈ ਨੀ ਲੈ ਵੀ ਮਿੱਤਰਾ ਡਾਇਟ ਰੈਡੀ ਜੀ ਮੰਨੇ ਖਾ ਗਿਆ ਡਾਇਟ ਮੈਨੂੰ ਦੋ ਰੋਟੀ ਦੇ ਨਾਲ ਦਹੀਂ ਜਿੰਨਾ ਪੁਰਾਣਾ ਹੋਈ ਗਿਆ ਨਾ ਮੰਨੇ ਉਨੀ ਉਨੀ ਆ ਕੇ ਰਿਪੋਰਟ ਹੋਈ ਜਾਣੀ ਆ ਤੇ ਡਾਇਟ ਫਿਰ ਨਹੀਂ ਫੋਲੋ ਹੋਈ ਆ ਹਫ਼ਤੇ ਯਾਰ ਕੰਮ ਔਖਾ ਹੋ ਗਿਆ ਦੇਸੀ ਘੋੜੇ ਬਿਸਕੁਟ ਇਹ ਨੀ ਇੱਧਰ ਹੋਰ ਮੈਂ ਕੀ ਰੱਖਿਆ ਓਵਨ ਚ ਮੈਂ ਓਵਨ ਖੋਲਿਆ ਤੇ ਮੰਨਾ ਮੈਨੂੰ ਕਹਿੰਦਾ ਇਹ ਨੀ ਚੱਲਦਾ ਮੈਂ ਇਹਨੂੰ ਮੈਂ ਚਲਾਉਣ ਮਤ ਨੀ ਆਇਆ ਇੱਧਰ ਭੁੱਖ ਬਹੁਤ ਲੱਗੀ ਡੋਰਾ ਫਿਰੀ ਲੱਗਦੇ ਰੋਟੀਆਂ ਪੈਸੇ ਖਾ ਲੈਣੀ ਆ ਕੀ ਧਰੇ ਤੂੰ ਖੁਰਕੀ ਜਾ ਤਗੜਾ ਕੇ ਸਾਰੇ ਨਾਲ ਕਰੋ ਪਹਿਲਾਂ ਭੈਣ ਚੋ ਕੀ ਕਹਤਾ ਜੀ ਨਹਾਉਣ ਵਾਲੀ ਗੱਲ ਝੂਠੀ ਕਰਤੀ ਨਾ ਨਹਾਉਣ ਵਾਲੀ ਗੱਲ ਝੂਠੀ ਕਰ ਛੱਡੀ ਗਈ ਨਾ ਸਾਰੇ ਪਰਾ ਜੁੜਾ ਲੱਗ ਜੀ ਪਾਣੀ ਉਹ ਗਰਮ ਨਹੀਂ ਪੀਣਾ ਬਹੁਤ ਕੁਝ ਗੜਦੇ ਕਰਨਾ ਪੈਂਦਾ ਵੀਰ ਮੰਨੇ ਆਪਾਂ ਇੱਥੇ ਆਪਣਾ ਨੱਪਦੀ ਗੱਲ ਫਿਰ ਭਾਈ ਭੁੱਖ ਲੱਗੀ ਆ ਹੈ ਕਿੱਥੇ ਗਿਆ ਲੱਗੀ ਭੁੱਖ ਬਸ ਦੋ ਮਿੰਟ ਰੁਕ ਤੇਰੀ ਡਾਇਟ ਤੇ ਆ ਰਿਹਾ ਆ ਗਿਆ ਬਸ ਮੈਂ ਲਿਆ ਕਿੱਥੇ ਯਾਰ ਡਾਇਟ ਦੀ
ਚੱਲ ਆ ਜਾ ਮੇਰਾ ਪੋਤਾ, ਚਿੰਤਾ ਕਰਦਾ ਚੇਅਰ ਸੀੜੀਆਂ ਜੀ ਮਾਰਦਾ ਸਾਲਿਆ ਬੁੱਲਾਂ ਜਿਹਾ ਨਾਲ ਹੈ ਮਾਰਦਾ ਨੀ ਚੱਲ ਭਰਾਓ ਭਰਾਓ ਕੰਨ ਚੁੱਕਦਾ ਵੇ ਤੇਰੀ ਆ ਮਾਮਾ ਤੂੰ ਹੀ ਖਾਣੀ ਆ ਆ ਜਾ ਮੇਰਾ ਪੁੱਤ ਜੇ ਮੈਨੂੰ ਤਾਂ ਕੀਤਾ ਫਿਰ ਮੈਂ ਨਹੀਂ ਪਾਉਣੀ ਜੇ ਮੇਰੇ ਕੱਪੜੇ ਲਪੇੜੇ ਤੇ ਕੱਪੜੇ ਨੇ ਗੱਲ ਕੋਈ ਨਹੀਂ ਪਰ ਤੂੰ ਜ਼ਿਆਦੇ ਲਪੇੜ ਦਿੰਦਾ ਜ਼ਿਆਦੇ ਲੈ ਹੌਸਲਾ ਕਰ ਲਾ ਹੌਸਲਾ ਮੈਂ ਤੈਨੂੰ ਬਸ ਬਹਿ ਬਣੇ ਪੁੱਤ ਕਿਸੇ ਏਦਾਂ ਨੀ ਪੁੱਤ ਮੈਂ ਤੈਨੂੰ ਡਾਂਗ ਹੀ ਫੇਰ ਦੂੰਗਾ ਫਿਰ ਜੇ ਮੈਂ ਪਿਆਰ ਕਰਦਾ ਨਾ ਮੈਂ ਡਾਂਗ ਵੀ ਗੇੜੂ ਫਿਰ ਜੇ ਤੂੰ ਖਰਾਬੀ ਕੀਤੀ ਤੇ ਜਿਹੜਾ ਰੋਟੀ ਵਿੱਚ ਨਹੀਂ ਪੈਂਦੀ ਉਹਨਾਂ ਤੇਰੇ ਗਾਂਹ ਮੂੰਹ ਨਹੀਂ ਆਉਣਾ ਚਾਹੀਦਾ ਤੇਰਾ ਖਲੋਇਆ ਖਲੋਇਆ ਤੇਰੀ ਮੈਂ ਫਿਰ ਉਹ ਗੱਲ ਇੱਥੇ ਬਹਿ ਇੱਥੇ ਜੇ ਗਾਂਹ ਆ ਗਿਆ ਨਾ ਕਿਤੇ ਲੰਮੀ ਭਾਲਣਾ ਕਿਉਂ ਉਦੋਂ ਆਉਣਾ ਪਹਿਲਾਂ ਨਹੀਂ ਆਉਣਾ ਠੀਕ ਹੈ ਨਾ ਚੱਲ ਜਾ ਮੇਰਾ ਪੁੱਤ ਕਹਿੰਦਾ ਮੈਂ ਕਰ ਦੂੰ ਸਿਆਣਾ ਦਸਾਂ ਦਿਨਾਂ ਦੇ ਵਿੱਚ ਹੈ ਕਿਉਂ ਮਾਤਾ ਇਹਨੂੰ ਪੁੱਠਾ ਨਹੀਂ ਮੈਂ ਗਿੱਜਣ ਦੇਣਾ ਹੈ ਉਹ ਤਾਂ ਹੈ ਸਿਆਣਾ ਕੱਲ੍ਹ ਮਾਂ ਵੀ ਹੋਣੀ ਮੇਰੇ ਡੰਡੇ ਮਾਰਦੇ ਸੀ ਨਾ ਅਤੇ ਗਾੜੀਆਂ ਉੱਡ ਉੱਡ ਪੈਂਦਾ ਸੀ ਉਹਨਾਂ ਨੂੰ ਹੈਂ ਜਦੋਂ ਹੁਣ ਆਉਂਦਾ ਨਾ ਮੈਂ ਉਦੋਂ ਗੋਦੀ 'ਚ ਬਹਿਣਾ ਮੇਰੇ ਆ ਗਏ ਨੇ ਹੁਣ ਆ ਕੇ ਸਿੱਕਣੇ ਸੀ ਗੋਦੀ 'ਚ ਬਹਿਣਾ ਇਹਨੇ ਆ ਗਏ ਕਰਦਾ ਬੜਾ ਜਿੱਦਾਂ ਮਾਂ ਨੂੰ ਤੇਰਾ ਕਰਦੀ ਨਾ ਤੁਰੀ ਪੈਂਦੀ ਤੇਰੇ ਪਿੱਛੇ ਪਿੱਛੇ ਵੇ ਇੱਧਰ ਵੇ ਹਾਂ ਜਾਂ ਚੱਲ ਜਾ ਮਦਨ ਅੰਦਰ ਬਾਜਰ ਆ ਜਾ ਚੱਲ ਜਾ ਲੈ ਵੀ ਰੋਟੀ ਪਾਣੀ ਨਾਲ ਲੇਟ ਕੇ ਦੇ ਸਾਰੇ ਹੁਣ ਡਿੱਗਦੇ ਫਿਰਦੇ ਜੀ ਹੁਣ ਸੁਣੀਏ ਲੈ ਤੂੰ ਇਹਦੇ ਹੱਥ 'ਚ ਕੋਈ ਖਾਣ ਵਾਲੀ ਚੀਜ਼ ਹੈਗੀ ਤਾਂ ਤੇਰੇ ਪਿੱਛੇ ਆਉਣ ਡਿਆ ਤੇ ਜਿਹੜੀ ਮੋਟੀਆਂ ਮੋਖੜੀਆਂ ਵੇਖੀਆਂ ਨੇ ਤੇਰੇ ਹੱਥ 'ਚ ਕੋਈ ਨਹੀਂ ਇਹਨੂੰ ਦਿੰਦਾ ਟ੍ਰੇਨਿੰਗ ਮੈਂ ਦਬਕਾ ਤੁਸੀਂ ਮਾਰ ਗਏ ਇਹਨੂੰ ਕਿਤੇ ਲੱਤ ਤੁਹਾਡੀ ਉਹਨੇ ਫੜ ਲਿਆ ਕਰਨੀ ਆ ਦਬਕਾ ਨਹੀਂ ਮਾਰਨਾ ਕੋਈ ਨਹੀਂ ਵੇਖੀ ਕਿੱਦਾਂ ਭਜਾਇਆ ਕਰਨੇ ਆਪਾਂ ਪਤਾ ਨਾ ਕੋਈ ਗੱਲ ਨਹੀਂ ਤਗੜਾ ਆ ਤਗੜਾ ਹੈ ਜ਼ਿਆਦੀ ਨੀ ਤੇ 40,000 ਇੱਟ ਲੱਗ ਗਈ ਹੁਣ ਤੱਕ 40,000 ਤੋਂ ਵੱਧ ਲੱਗ ਗਈ ਮੇਰੇ ਹਿਸਾਬ ਨਾਲ ਮੈਨੂੰ 40,000 ਦਾ 40,000 ਦਾ ਹਿਸਾਬ ਹੈਗਾ ਮੈਨੂੰ ਬਾਕੀ ਨਹੀਂ ਮੈਨੂੰ ਪਤਾ ਇੱਟ ਲੱਗਦੀ ਬੜੀ ਮਹਿੰਗਾ ਬੜਾ ਹੋ ਗਿਆ ਕੰਮ ਤੇ 6 ਘੰਟੇ ਸਫ਼ਰ ਕਰਕੇ ਆਉਂਦੇ ਹੋ ਹੈ 6 ਘੰਟੇ ਸਫ਼ਰ ਬੰਦਾ ਇਹਨਾਂ ਦਾ ਆਉਣ ਜਾਣ ਮੋਗਿਓਂ ਦੀ ਨਾ 3 ਘੰਟੇ ਆ ਇੱਟ ਮੋਗਿਓਂ ਆਈ ਹੈ ਹਾਂ ਮੈਨੂੰ ਲੱਗਾ ਨਰਗਾ ਮਾਤੋ ਆਈ ਆ ਬੰਦ ਹੋ ਗਈ ਇੱਟ ਉੱਥੋਂ ਹੀ ਲੈ ਦੀ ਉਹ ਕੱਚੀ ਭੇਜ ਦੇ ਆ ਪੁੱਛਾਂ ਹੈ ਪਾ ਅੰਕਲ ਅੱਡੇ ਅੱਛਾ ਉਹਦਾ ਅੱਜ ਅੰਕਲ ਮਿਲਿਆ ਮੈਨੂੰ ਸਵੇਰੇ ਉਹ ਤਾਂ ਹੀ ਮੈਨੂੰ ਪੁੱਛਦਾ ਕਹਿੰਦਾ ਢੇ ਲੋ ਵੀ ਤੈਨੂੰ ਅਸੀਂ ਬੜੀ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਮਿਲਿਆ ਇਹਨੂੰ ਘਰੇ ਜਿੰਨੀ ਵਾਰ ਇੱਟ ਲੈ ਕੇ ਆਏ ਆ ਉਹ ਮੋਗਿਓਂ ਆਏ ਅੱਛਾ ਅੱਜ ਵਾਲੇ ਬੰਦੇ ਮੋਗਿਓਂ ਆਏ ਆ ਮੈਨੂੰ ਨਹੀਂ ਪਤਾ ਸੀ ਸੌਂ ਲੱਗੇ ਮੈਨੂੰ ਇਹ ਪਹਿਲਾਂ ਵੀ ਇਹ ਹੋ ਤਿੰਨ ਵਾਰੀ ਆਏ ਹੋਣੇ ਮੈਨੂੰ ਤਾਂ ਹੀ ਨਹੀਂ ਪਤਾ ਫਿਰ ਮੈਂ ਇਹ ਵੀ ਮਿੱਤਰਾ ਖਲੋਤੇ ਸੀ ਦੋ ਭਰਾ ਮੇਰੇ ਆ ਖਲੋਤੇ ਆ ਇੱਕ ਦੋ ਮੇਰੇ ਪਿੰਡ ਹੋਣੇ ਆ ਹਨਾ ਇੱਕ ਦੋ ਹੋਰ ਹੋਣਗੇ ਬਾਕੀ ਯਾਰ ਬੇਲੀ ਪਰ ਮੈਂ ਗੱਲ ਬੜੇ ਦਾ ਨਹੀਂ ਕਰਨ 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 ਡਿਆ ਕਿ ਮੈਨੂੰ ਕਿਆ ਰਫੜੇਗਾ
ਤੈਨੂੰ ਗੱਲ ਸੁਣਾਵਾਂ ਘੈਂਟ ਜੀ ਗੱਲ ਬੜੇ ਦਿਨਾਂ ਦੀ ਮੇਰੇ ਦਿਮਾਗ 'ਚ ਸੀ ਅਤੇ ਮੈਂ ਸੋਚਦਾ ਅੱਜ ਕਰੂੰਗਾ ਅੱਜ ਕਰੂੰ ਭੜਾ ਕੇ ਕਰੂੰਗਾ ਅਤੇ ਇਹ ਮੇਰੇ ਨਾਲ ਦੇ ਕਹਿੰਦੇ ਵਲੋਗ ਵੇਖਦੇ ਨਹੀਂ ਅਤੇ ਮੈਂ ਸੋਚਿਆ ਚੱਲ ਇਹਨਾਂ ਨਾਲ ਲਾਗੇ ਕਰੂੰਗਾ ਇਹਨਾਂ ਦੇ ਵੀ ਖਾਣੇ ਕੋਈ ਗੱਲ ਪੈ ਜੇ ਗੱਲ ਇਹ ਕਰਨਾ ਹੈ ਕਿ ਜਿੱਦਾਂ ਦੁਨੀਆਂ ਦੇ ਵਿੱਚ ਆਪਾਂ ਹੁਣ ਇੱਕ ਦੂਜੇ ਨਾਲ ਫੀਰਾਂ ਚੁਸਤ ਚਲਾਕੀਆਂ ਠੱਗੀਆਂ ਕਈ ਕੁਛ ਕਰਦੇ ਰਹਿੰਦੇ ਹੈ ਨਾ ਉਹ ਚੀਜ਼ ਕਰਨ ਤੋਂ ਬਾਅਦ ਆਪਾਂ ਨੂੰ ਮਤਲਬ ਕਿ ਕੋਈ ਚੀਜ਼ ਆਪਣੇ ਇਹਨਾਂ ਦੇ ਨਾਲ ਨਹੀਂ ਜਾਂਦੀ ਹੈ ਨਾ ਛੱਡ ਕੇ ਆਪਾਂ ਚਲ ਜਾਂਦੇ ਹਾਂ ਨਾ ਕਿੰਨਾ ਕੁਛ ਆਪਾਂ ਇੱਕ ਦੂਜੇ ਨਾਲ ਕਰਦੇ ਹਾਂ ਕਈ ਜਿੱਦਾਂ ਮੇਰੀ ਯਾਰ ਦੋਸਤ ਵੀ ਆ ਜਾਂ ਕਿੱਦਾਂ ਹੋਰ ਵੀ ਜੇ ਮਤਲਬ ਸਰਕਲ ਤੋਂ ਬਾਹਰਲੇ ਬੰਦੇ ਵੀ ਜਿਹੜੇ ਆਪਾਂ ਨੂੰ ਜਾਣਦੇ ਵੀ ਹੁੰਦੇ ਉਹ ਵੀ ਆਪਣੇ ਨਾਲ ਕਈਆਂ ਮਾੜੀਆਂ ਕਰਦੇ ਲੱਤਾਂ ਖਿੱਚਦੇ ਕਈ ਕੁਛ ਕਰਦੇ ਰਹਿੰਦੇ ਹੈ ਨਾ ਜੁਗਤਾਂ ਘੱਟਦੇ ਰਹਿੰਦੇ ਹਾਂ ਜਿਹਨੂੰ ਆਪਾਂ ਜਾਣਦੇ ਰਹੇ ਉਹਨੂੰ ਸੁੱਟਣ ਦੀਆਂ ਹੈ ਨਾ ਜੋ ਚੀਜ਼ਾਂ ਮੇਰੇ ਨਾਲ ਜ਼ਿੰਦਗੀ 'ਚ ਹੁੰਦੀਆਂ ਹੈ ਨਾ ਜਿਹਨਾਂ ਨੂੰ ਮੈਂ ਜਾਣਦਾ ਨਹੀਂ ਹਾਂ ਉਹ ਮੇਰੀ ਲੱਤਾਂ ਖਿੱਚਣ ਡੇ ਆ ਦੂਰੋਂ ਦੂਰੋਂ ਪਤਾ ਕਰਾਉਂਦੇ ਇਹ ਕੀ ਕੰਮ ਕਰਦਾ ਇਹ ਕਿਹਨੂੰ ਪੈਸਾ ਕਿੱਥੋਂ ਆਉਂਦਾ ਮਤਲਬ ਕਿ ਜਿਹੜੇ ਬੰਦੇ ਮੈਨੂੰ ਜਾਣਦੇ ਵੀ ਨਹੀਂ ਆ ਉਹ ਵੀ ਮੇਰੇ ਬਾਰੇ ਪੁੱਛ ਪੜਤਾਲ ਕਰਦੇ ਰਹਿੰਦੇ ਪਤਾ ਨਹੀਂ ਕੀ ਮਿਲਦਾ ਪਰ ਗੱਲ ਇਹ ਆ ਕਿ ਅੱਜ ਤੋਂ 100 ਸਾਲ ਬਾਅਦ ਅੱਜ ਜਿੱਦਾਂ 2024 ਚੱਲਣ ਡਿਆ ਅੱਜ ਤੋਂ 100 ਸਾਲ ਬਾਅਦ ਅੱਗੇ ਜਾ ਕੇ ਜਿੱਦਾਂ 100 ਸਾਲ ਅੱਗੇ ਜਾ ਕੇ ਅਤੇ ਕਿਸੇ ਨੇ ਆਪਾਂ ਨੂੰ ਯਾਦ ਨਹੀਂ ਰੱਖਣਾ ਆਪਣੇ ਘਰਾਂ ਵਿੱਚ ਅਜਨਬੀਆਂ ਨੇ ਰਹਿਣਾ ਹੈ ਨਾ ਆਪਾਂ ਕਿਹਦੇ ਲਈ ਕਮਾਈਆਂ ਕਰਨ ਡੇ ਹਾਂ ਸੋਚ ਕੇ ਵੇਖੋ ਮਾੜਾ ਜਿਹਾ ਤੈਨੂੰ ਆਪਣੇ ਪਰਦਾਦਿਆਂ ਦਾ ਪਤਾ ਨਹੀਂ ਪਤਾ ਹੈ ਨਾ ਤੈਨੂੰ ਮੰਨੇ ਆਪਣੇ ਪਰਦਾਦਿਆਂ ਦਾ ਪਤਾ ਦਾਦੇ ਦਾ ਹੋਰ ਪਰਦਾਦੇ ਦਾ ਪਤਾ ਤੈਨੂੰ ਆਪਣੇ ਨਹੀਂ ਪਤਾ ਵੇਖ ਲਓ 100 ਸਾਲ ਬਾਅਦ ਆਪਣਾ ਨਾਮ ਵੀ ਕਿਸੇ ਨੂੰ ਨਹੀਂ ਪਤਾ ਹੋਣਾ ਸਹੀ ਗੱਲ ਆਪਾਂ ਕਿੰਨੀਆਂ ਚੁਸਤ ਚਲਾਕੀਆਂ ਕਰਦੇ ਰਹਿੰਦੇ ਹਾਂ ਕਿੰਨੇ ਮਾੜੇ ਕਰਮ ਕਰਦੇ ਹਾਂ ਸੋਚ ਕੇ ਵੇਖਿਓ ਮਾੜੇ ਜੇ ਹੈ ਨਾ ਐਸੇ ਘਰ ਦੇ ਵਿੱਚ ਜਿਹੜਾ ਆਪਾਂ ਬਣਾਉਣ ਡਿਆ ਐਸੇ ਘਰ ਦੇ ਵਿੱਚ ਪਤਾ ਨਹੀਂ ਕਿਹਨੇ ਰਹਿਣਾ ਅਤੇ ਉਹਨੂੰ ਮੇਰਾ ਨਾਮ ਵੀ ਚੇਤੇ ਨਹੀਂ ਹੋਣਾ ਸੱਚ 100 ਸਾਲ ਬਾਅਦ ਆਪਾਂ ਮੈਨੂੰ ਸਿਰਫ ਆਪਣੇ ਦਾਦੇ ਦਾ ਨਾਂ ਚੇਤਾ ਆ ਮੈਂ ਸੱਚੀ ਗੱਲ ਕਹਾਂ ਪਰ ਦਾਦੇ ਦਾ ਮੈਨੂੰ ਆਈਡੀਆ ਜਿਹਾ ਕਿਆ ਨਾਂ ਵਾ ਮੈਂ ਉਹ ਲੈਣਾ ਨਹੀਂ ਬਾਅਦ ਚੋਂ ਜਿਹੜੀ ਸੱਚਾਈ ਆ ਹੈ ਨਾ ਵੱਧ ਤੋਂ ਵੱਧ ਕਿਸੇ ਨੂੰ ਆਪਣੇ ਪੜਦਾਦੇ ਦਾ ਪਤਾ ਹੋਊਗਾ ਪੜਦਾਦੇ ਦੀ ਗਾੜੀ ਪਿਓ ਹੋ ਜਾਂਦਾ ਦਾਦੇ ਦਾ ਨਾਂ ਨਹੀਂ ਪਤਾ ਹੋਊਗਾ ਮੈਨੂੰ 100 ਸਾਲ ਤੋਂ ਬਾਅਦ ਕੁਛ ਵੀ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਹੈ ਨਾ ਆਪਾਂ ਠੱਗੀਆਂ ਠੋਰੀਆਂ ਮਾਰ ਕਰਕੇ ਮਹਿਲ ਖੜੇ ਕਰਦੇ ਹਾਂ ਗੱਡੀਆਂ ਲੈਂਦੇ ਚਲੋ ਕਈ ਬੰਦੇ ਹੱਕ ਦੀ ਕਮਾਈ ਨਾ ਕਰਦੇ ਅਸੀਂ ਤਾਂ ਆਪਣੀ ਮਿਹਨਤ ਨਾ ਕਰਨੇ ਹਾਂ ਹੈ ਨਾ ਸਾਡੀ ਕਮਾਈ ਦੇ ਵਿੱਚ 5 ਰੁਪਈਏ ਵੀ 2 ਨੰਬਰ ਦੇ ਨਹੀਂ ਹੈਗੇ ਜਿਹੜੀ ਸੱਚੀ ਗੱਲ ਹੈ ਮਾਲਕ ਸਾਨੂੰ ਦੇਈ ਜਾਂਦਾ ਅਸੀਂ ਕਰੀ ਜਾਂਦੇ ਮੈਂ ਤਾਂ ਅੱਗੇ ਬਲੋਗਾਂ 'ਚ ਕਈ ਵਾਰ ਗੱਲ ਕਰਦਾ ਹੁੰਦਾ ਕਿ ਮੇਰੀ ਇੰਨੀ ਕਾਤ ਨਹੀਂ ਹੈਗੀ ਉਹ ਮਾਲਕ ਦੀ ਮਿਹਰ ਰਹਿਮਤ ਨੇ ਸਭ ਕੁਝ ਹੋਣ ਡਿਆ ਅਤੇ ਮੈਂ ਗੁਰਦੁਆਰਾ ਸਾਹਿਬ ਵੀ ਜਾਵਾਂ ਮੈਂ ਇਹੋ ਅਰਦਾਸ ਕਰਦਾ ਮੈਂ ਕਿ ਸੱਚੇ ਪਾਤਸ਼ਾਹ ਇਹ ਚੀਜ਼ਾਂ ਮੈਨੂੰ ਤੁਸੀਂ ਦਿੱਤੀਆਂ ਮੇਰੇ ਤੋਂ ਕੁਛ ਲੋਕ ਖਾਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਵੇਖਿਓ ਮਾੜਾ ਜਿਹਾ ਹੈ ਨਾ ਉਹ ਆਉਂਦੇ ਹੁੰਦੇ ਨਾ ਕਿ ਕਰਮਾ ਬੜੀ ਤਕੜੀ ਚੀਜ਼ ਆ ਜੇ ਕਿਸੇ ਦਾ ਮਾੜਾ ਕਰੋਗੇ ਤਾਂ ਮਾੜਾ ਹੀ ਹੋਣਾ ਹੈ ਨਾ ਬਾਅਦ 'ਚੋਂ ਬੰਦਾ ਸੋਚਦਾ ਕਿ ਮੈਂ ਕਿੱਦਾਂ ਮਾੜਾ ਕੀਤਾ ਜਾਣਾ ਕੁਛ ਵੀ ਨਹੀਂ ਨਾਲ ਇੱਥੋਂ ਤਾਂ ਫਿਰ ਚੁਸਤ ਇਲਾਕੀਆਂ ਕਿਹੜੀ ਚੀਜ਼ ਦੀਆਂ ਨਹੀਂ ਸਾਰਾ ਦਿਨ ਹੱਸਦੇ ਖੇਡਦੇ ਰਹਿੰਦੇ ਅਸੀਂ 5-7 ਹਜ਼ਾਰ ਹੈਗੇ ਆ ਆਪਣੇ ਉਹ 'ਚ ਮਸਤ ਰਹਿੰਦੇ ਹਾਂ ਪਰ ਫਿਰ ਵੀ ਇੰਨੇ ਜ਼ਿਆਦਾ ਆਉਂਦੇ ਹੁੰਦੇ ਨਾ ਲੋਕ ਛੁਰੀਆਂ ਮਾਰਦੇ ਆ ਜਿਹਨਾਂ ਨੂੰ ਅਸੀਂ ਜਾਣਦੇ ਵੀ ਨਹੀਂ ਆ ਮੈਂ ਕਿਹੜਾ ਸੋਚਦਾ ਕਿ ਕਾਹਨੂੰ ਕਾਹਤੋਂ ਕਰਦੇ ਇੱਦਾਂ ਹੈ ਨਾ ਮੈਂ ਹੱਸਦਾ ਵੀ ਨਾ ਕਈ ਵਾਰ ਅਸੀਂ ਬੈਠੇ ਹੋਈਏ ਨਾ ਮੈਂ ਨਾ ਕਿ ਯਾਰ ਆਹ ਕੰਮ ਹੋ ਗਿਆ ਇੱਥੋਂ ਤੱਕ ਕਿ ਜਿਹੜੇ ਮੇਰੇ ਸੱਜਣ ਮਿੱਤਰ ਜਿੱਦਾਂ ਜਿਹਨਾਂ ਨਾਲ ਜਿੱਦਾਂ ਆਪਣੇ ਇੱਕ ਆਪਣਾ ਸਾਡਾ ਸੱਜਣ ਅੰਮ੍ਰਿਤਸਰ ਉਹਨੇ ਮੈਨੂੰ ਇੱਕ ਦਿਨ ਗੱਲ ਦੱਸੀ ਉਹਦੀ ਵਰਕਸ਼ਾਪ ਆ ਉੱਥੇ ਉਹ ਕਹਿੰਦਾ ਮੈਨੂੰ ਤੇਰੀ ਗੱਡੀ ਲੈਣ ਤੋਂ ਬਾਅਦ ਇਹੋ ਜਿਹੇ ਫੋਨ ਆਏ ਕਿ ਬਾਈ ਇਹਨੇ ਗੱਡੀ ਕਿੱਥੋਂ ਲਈ ਆ ਕਿ ਮੈਨੂੰ ਉਹ ਬੰਦੇ ਦੂਰ ਦੂਰ ਤੱਕ ਜਾਣਦੇ ਵੀ ਨਹੀਂ ਹੋ ਸਕਦਾ ਕਿ ਮੈਨੂੰ ਫੋਲੋ ਨਾ ਕਰਦੇ ਹੋ ਕਹਿੰਦਾ ਯਾਰ ਤੇਰੀ ਗੱਡੀ ਦਾ ਇੰਨਾ ਵਾ ਕਿ ਮੈਂ ਯਾਰ ਗੱਡੀ ਵੀ ਨਹੀਂ ਮੈਂ ਲੈ ਸਕਦਾ 30 ਸਾਲ ਮੇਰੀ ਉਮਰ ਹੋ ਗਈ ਆ ਮੈਂ ਘਰ ਵੀ ਨਹੀਂ ਪਾ ਸਕਦਾ ਹੈ ਨਾ ਮੈਂ ਸੋਚਦਾ ਨਾ ਬੈਠਾ ਕਿ ਯਾਰ ਕੀ ਹੋ ਗਿਆ ਦੁਨੀਆ ਨੂੰ ਆਪਣੇ ਕੰਮ ਛੱਡ ਕੇ ਦੂਜੇ ਵੱਲ ਇੰਨਾ ਜ਼ਿਆਦਾ ਧਿਆਨ ਹੈ ਨਾ ਕਿ ਜਿਹੜਾ ਧਿਆਨ ਮੇਰੇ 'ਤੇ ਲਾਉਂਦੇ ਆ ਜਾਂ ਹੋਰ ਵੀ ਮੈਂ ਇਕੱਲਾ ਨਹੀਂ ਆ ਕਿ ਹਾਂ ਵੀ ਜਿਹੜਾ ਘਰ ਪਾਉਂਦਾ ਬੜੇ ਦਾਇਰੇ ਦੇ ਵਿੱਚ ਬੜੇ ਲੋਕ ਪਾਉਣ ਦੇ ਹੁੰਦੇ ਆ ਹੈ ਨਾ ਮੈਂ ਜਿੰਨਾ ਕੁ ਮੇਰਾ ਦਾਇਰਾ ਮੇਰੇ 'ਚ ਉਨੇ ਦਾਇਰੇ 'ਚ ਕਿੰਨੇ ਲੋਕ ਜੈਲਸੀ ਕਰਨ ਦੇ ਹੁਣ ਜਿਹੜੇ ਆਪਣੇ ਵੱਡੇ ਵੱਡੇ ਲੋਕ ਅਸੀਂ ਤਾਂ ਕੁਛ ਵੀ ਨਹੀਂ ਆ ਹੈ ਨਾ ਕੁਛ ਵੀ ਨਹੀਂ ਆਪਾਂ ਜੇ ਇੱਥੋਂ ਪਿੰਡੋਂ ਮਾੜਾ ਬਾਹਰ ਚਲੀਏ ਤਾਂ ਬੜੇ ਵੱਡੇ ਵੱਡੇ ਲੋਕ ਆ ਉੱਥੋਂ ਮਾੜਾ ਜਿਹਾ ਬਾਹਰ ਚਲੀਏ ਉੱਥੋਂ ਬਹੁਤ ਤੋਂ ਵੱਡੇ ਵੱਡੇ ਲੋਕ ਆ ਕਈ ਕੁਛ ਆ ਦੁਨੀਆਂ ਦੇ ਪਰ ਐਂਡ ਦੀ ਐਂਡ ਗੱਲ ਇਹ ਕਿ ਇੱਕ ਇਨਸਾਨ ਇੱਕ ਦੂਜੇ ਨਾਲ ਈਰਖਾਬਾਜੀ ਇੰਨੀ ਜ਼ਿਆਦਾ ਕਰੀ ਜਾਂਦਾ ਕਿ
ਕਰਨ ਤੋਂ ਬਾਅਦ ਆਪਾਂ ਨੂੰ ਮਿਲਦਾ ਕਿ ਕੁਛ ਵੀ ਨਹੀਂ, ਫਿਰ ਖਾਲੀ ਹੱਥ ਜਾਂਦੇ ਹਾਂ। ਇਹਨੂੰ ਚੰਗਾ ਇੱਕ ਦੂਜੇ ਨਾਲ ਪਿਆਰ ਨਾਲ ਰਹੋ, ਜਿਹਨਾਂ ਨਹੀਂ ਵੀ ਬਣਦੀ ਉਹ ਤੋਂ ਪਿੱਛੇ ਹਟ ਜਾਓ, ਪਰ ਕਿਸੇ ਦੀ ਛੁਰੀਆਂ ਤਾਂ ਨਾ ਮਾਰੋ, ਲੱਤਾਂ ਤਾਂ ਨਾ ਖਿੱਚੋ, ਹੈ ਨਾ। ਜਾਣਾ ਤਾਂ ਸਾਰਿਆਂ ਨੇ, ਖਾਲੀ ਹੱਥ ਜਾਣਾ ਵਾ ਤਾਂ ਚੁਸਤ ਚਲਾਕੀਆਂ ਕਰਕੇ ਫਾਇਦਾ 10 ਦਿਨ ਖੁਸ਼ ਹੋ ਲਾਂਗੇ, ਕਿਸੇ ਨੂੰ ਠੱਗੀ ਮਾਰ ਕੇ 10 ਦਿਨ ਖੁਸ਼ ਹੋ ਲਾਂਗੇ, 20 ਦਿਨ ਖੁਸ਼ ਹੋ ਲਾਂਗੇ, ਸਾਲ ਖੁਸ਼ ਰਹਿ ਲਾਂਗੇ, ਸਾਲ ਬਾਅਦ ਆਪਣੀ ਕਿਸੇ ਦੀ ਟੱਬਰ ਦੀ ਕਿਸੇ ਦੀ ਕਿਡਨੀ ਖਰਾਬ ਹੋ ਗਈ, ਇੱਦਾਂ ਲੀਵਰ ਡੈਮੇਜ ਹੋ ਗਿਆ, ਉਹ ਪੈਸੇ ਉੱਥੇ ਲੱਗ ਜਾਣੇ। ਇਹ ਕਰਕੇ ਰੱਬ ਦਾ ਸ਼ੁਕਰਾਨਾ ਕਰਿਆ ਕਰੋ, ਜਿੰਨੇ ਵੀ ਤੁਹਾਨੂੰ ਰੱਬ ਨੇ ਚੀਜ਼ਾਂ ਦਿੱਤੀਆਂ ਉਹ 'ਚ ਖੁਸ਼ ਰਿਹਾ ਕਰੋ, ਆਪ ਵੀ ਜੀਓ ਅਤੇ ਦੂਜਿਆਂ ਨੂੰ ਵੀ ਜੀਣ ਦਿਓ, ਹੈ ਨਾ। ਇਹ ਗੱਲ ਮੇਰੇ ਦਿਮਾਗ 'ਚ ਬੜੇ ਦਿਨਾਂ ਦੀ ਰੜਕਦੀ ਸੀ ਅਤੇ ਮੈਂ ਸੋਚਦਾ ਸੀ ਇਹਨਾਂ ਲੱਗ ਹੀ ਕਰਾਂ, ਇਹ ਵੀ ਇਸ ਚੀਜ਼ ਤੋਂ, ਅਤੇ ਜੇ ਮੰਨ ਲਾ ਇਹਨਾਂ ਦੇ ਮਨ 'ਚ ਕਿਸੇ ਪ੍ਰਤੀ ਈਰਖਾਬਾਜੀ ਖਾਰ ਹੋਵੇ, ਇਹਨਾਂ ਦੇ ਵੀ ਨਿਕਲ ਜੇ, ਹੈ ਨਾ। ਜੇ ਸਾਡੇ ਪ੍ਰਤੀ ਕੋਈ ਰੱਖਦਾ ਰੱਖੀ ਜਾਵੇ, ਅਸੀਂ ਕਦੀ ਕਿਸੇ ਨੂੰ ਜਵਾਬ ਨਹੀਂ ਦਿੱਤਾ ਅੱਜ ਤੱਕ, ਅਸੀਂ ਸਾਡਾ ਜਵਾਬ ਸਾਡਾ ਮਾਲਕ ਦਿੰਦਾ, ਅਸੀਂ ਉਹਦੇ ਘਰ ਜਾਂਦੇ, ਅਸੀਂ ਸਾਡੇ ਤਾਂ ਕੋਈ ਚੰਗੀ ਵੀ ਕਰ ਜੇ ਤਾਂ ਵੀ ਅਸੀਂ ਉਹਦਾ ਸ਼ੁਕਰਾਨਾ ਕਰਦੇ, ਜੇ ਕੋਈ ਮਾੜੀ ਵੀ ਕਰੇ ਅਸੀਂ ਉਹਦੇ ਘਰ ਜਾ ਕੇ ਅਤੇ ਉਸ ਮਾਲਕ ਦਾ ਗਾੜੀ ਹੱਥ ਪੱਲਾ ਜੁੜੀ ਦਾ ਕਿ ਸੱਚੇ ਪਾਤਸ਼ਾਹ ਅਸੀਂ ਨਹੀਂ ਚੁੱਕੇ ਨਹੀਂ ਹੈਗੇ, ਜਿਸ ਨੂੰ ਕੁਝ ਕਹਿ ਦਈਏ ਸਾਡਾ ਜਵਾਬ ਤੁਸੀਂ ਦੇਣਾ, ਜੇ ਅਸੀਂ ਸਹੀ ਹਾਂ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ। ਅਤੇ ਇਹ ਚੀਜ਼ਾਂ ਮੇਰੇ ਦੇਖਣ ਦੀਆਂ ਵਾ ਕਿ ਜਿਹਨਾਂ ਲੋਕਾਂ ਨੇ ਮੇਰੇ ਨਾਲ ਮਾੜੀ ਕੀਤੀ ਅੱਜ ਵੀ ਉੱਥੇ ਖੜ੍ਹੇ ਆ, ਮੇਰਾ ਮਾਲਕ ਇੰਨਾ ਬੇਅੰਤ ਆ ਉਹ ਸੱਚੇ ਪਾਤਸ਼ਾਹ। ਜੇ ਮੈਂ ਸਹੀ ਹੋਵਾਂ ਤਾਂ ਜਿੱਥੇ ਮੈਂ ਗਲਤ ਆ ਉੱਥੇ ਮੈਨੂੰ ਵੀ ਜਵਾਬ ਮਿਲਦਾ, ਉੱਥੇ ਮਿਲਣਾ ਵੀ ਫਿਰ ਉਹੋ ਜਿਹੀ ਚੀਜ਼ ਹੁੰਦੀ ਆ, ਹੈ ਨਾ। ਅਤੇ ਉਹ ਮਾਲਕ ਤੋਂ ਵੱਡਾ ਕੁਛ ਨਹੀਂ ਆ, ਉਹਦੇ ਘਰ ਜਾਇਆ ਕਰੋ, ਪਾਠ ਕਰਿਆ ਕਰੋ, ਅਤੇ ਆਪ ਵੀ ਜੀਓ ਅਤੇ ਦੂਜਿਆਂ ਨੂੰ ਜੀਣ ਦਿਓ, ਕਿਸੇ ਨਾਲ ਮਾੜੀ ਨਾ ਕਰੋ। ਇਹ ਗੱਲ ਬੜੇ ਦਿਨਾਂ ਦੀ ਮੈਂ ਕਰਨਾ ਫਿਰਦਾ ਸੀ, ਅੱਜ ਮੈਂ ਕਰ ਲਈ ਅਤੇ ਮੇਰਾ ਮਨ ਹੀ ਲੱਗਾ ਹੋ ਗਿਆ, ਠੀਕ ਹੈ। ਚਲੋ ਆਉਂਦੇ ਵੇਲੇ ਤੁਸੀਂ ਸੌਂ ਜਾਣੇ ਇਸ ਤਰ੍ਹਾਂ ਮਿਲੋ, ਹੈ। ਆਹ ਪਹਿਲੇ ਦਿਨ ਮੇਰੇ ਹਿਸਾਬ ਨਾਲ ਸਾਲ ਦੇ ਵਿੱਚ ਪਹਿਲੇ ਕਿ ਦੂਜੇ ਦਿਨ ਆ, ਅੱਜ ਮੈਂ ਕੈਮਰਾ ਕਿਸੇ ਨੂੰ ਫੜਾ ਕੇ ਜਿਹੜਾ ਵੀਡੀਓ ਬਣਵਾਈ ਮੇਰੇ ਹਿਸਾਬ ਨਾਲ, ਹੈ ਨਾ, ਜਾਂ ਉਦੋਂ ਜਦੋਂ ਖਰੂਰ ਸਾਹਿਬ ਗਏ ਉਦੋਂ ਦੀ ਗੱਲ ਆ। ਅਤੇ ਜੇ ਮੰਨੇ ਤੂੰ ਇੰਨਾ ਕੰਮ ਕਰ ਲਿਆ ਕਰੇ ਕਦੇ, ਜੇ ਕਿਸੇ ਦਿਨ ਤੂੰ ਆਹ ਵਲੋਗ ਬਣਾ ਦੇ ਇੱਦਾਂ ਕੈਮਰਾ ਫੜ ਕੇ ਸਾਰਾ ਹੀ, ਇਹ ਕਿੰਨਾ ਸਵਾਦ ਆਵੇ ਵੀਰਾ ਭਰਾ ਨੂੰ ਵੇਖਣ ਦਾ, ਉਹ ਚੀਜ਼ ਲੱਭਦੇ ਉਹ ਚੀਜ਼ ਹੁੰਦੀ ਨਹੀਂ ਆ। ਕੋਈ ਚੱਕਰ ਨਹੀਂ, 10 ਵਜੇ ਤੇ ਮੇਰੇ ਘਰੇ ਆਉਂਦਾ ਵਾ, ਤੇ 10 ਵਜੇ ਤੱਕ ਤੇ ਮੈਂ 10 ਮਿੰਟਾਂ ਦਾ ਵਲੋਗ ਕੱਢ ਲੈਣਾ ਹੋਰ, ਹੈਂ ਦੱਸਦਾ ਨਹੀਂ। ਅੱਜ ਮੈਂ ਤੜਕੇ ਆ ਗਿਆ, ਅੱਜ ਆਪਾਂ ਵਲੋਗ ਲੇਟ ਸ਼ੁਰੂ ਕੀਤਾ, ਆਇਆ ਨਹੀਂ ਲੈ ਕੇ ਆਏ ਤੈਨੂੰ, ਅੱਜ ਤੈਨੂੰ ਲੈ ਕੇ ਆਏ ਅੱਜ ਵਲੋਗ ਹੀ ਮਾਮਾ, ਕਿਵੇਂ ਆਪਾਂ ਜਦੋਂ ਅੰਮ੍ਰਿਤਸਰ ਗਏ ਨਹਾ ਧੋ ਕੇ ਉਦੋਂ ਵਲੋਗ ਸ਼ੁਰੂ ਕੀਤਾ, ਤੇ ਉਦੋਂ ਬਾਅਦ ਤੈਨੂੰ ਪਤਾ ਫਿਰ ਉਹ ਗੱਲ ਨਹੀਂ ਬਣਦੀ ਜਦੋਂ ਸਵੇਰੇ ਤੜਕੇ, ਬਸ ਇੱਕ ਧੁੰਦਾ ਜਿਹਾ ਪੈਣਾ ਹਟ ਜਾਣ, ਉਹ ਵੀਡੀਓ ਨਹੀਂ ਵੇਖੀ ਕੁੜੀ ਹੋਈ, ਮੈਂ ਡਰਦਾ ਧੁੰਦ 'ਚ ਸੈਰ ਕਰਨ ਜਦੋਂ ਬੜਾ ਮਰ ਜਾ ਨਾ ਲਾ ਜੇ ਕੁੜੀ ਆ ਕੋਈ ਪੁੱਠਾ ਸਿੱਧਾ ਬਾਕੀ ਲਾਈਕ ਕਮੈਂਟ ਸ਼ੇਅਰ ਮੰਨਾ ਪਿੱਛੇ ਮੈਨੂੰ ਕਰੀ ਜਾਂਦਾ ਨਾ ਤੇਰੇ ਕੁਛ ਨੂੰ ਕੀ ਹੋ ਗਿਆ ਸਾਲਿਆ ਚਲੋ ਬਾਕੀ ਅਗਲੇ ਦੀ ਮਰਜ਼ੀ ਯਾਰ, ਕਿਸੇ ਨਾਲ ਧੱਕਾ ਨਹੀਂ ਕਰ ਸਕਦੇ ਆਪਾਂ, ਚਲੋ ਵਿਹਦੇ ਤਾਂ ਹੈਗੇ ਜਿੱਦਾਂ ਮਰਜ਼ੀ ਆ, ਭਾਵੇਂ ਜੈਲਸੀ ਕਰਕੇ ਉਹ ਸਾਰਾ ਸਿਰਾ ਸਿਰਾ ਸੋਦਾ ਨਿੱਘਾ ਹੁੰਦਿਆ ਤੇ ਹੀਟ ਲੱਗਾ ਤੈਨੂੰ ਕਿਤੇ ਪੈਣਾ ਨੀ ਲੋ ਚ ਪਾਵਾਂਗੇ, 4x4 ਲੋ 2x2 ਨਾਰਮਲ, ਹੈ ਨਾ, 3-3 4-4 ਰਾਉਂਡ ਖੇਡਾਂਗੇ।
ਉਹ ਚਲਾ ਜਾਣਾ ਪਤਾ ਕਿੰਨੀ ਕਰਤੂਤ ਹੈ ਇਹਨਾਂ ਦੇ ਵਿੱਚ ਨਾਲੇ ਤਾਂ ਬੜੇ ਵਲੋਗ ਰਹਿ ਗਏ ਗੁਰੂਆ ਬਣਾਏ ਨਹੀਂ ਗਏ ਕੋਈ ਨਹੀਂ ਖਲੋਣੇ ਪਿਓ ਹੈ ਸੌ ਤੁਸੀਂ ਮੈਂ ਚੱਲਿਆ ਹਰਮਨ ਵਾਲਾ ਮਿਲਦੇ ਆ ਸਵੇਰੇ ਠੀਕ ਹੈ ਲੈ ਵੀ ਮਿੱਤਰਾ ਗੱਲ ਇੱਦਾਂ ਹਰਮਨ ਦਾ ਫੋਨ ਆਉਣ ਡਿਆ ਕਹਿੰਦਾ ਆ ਜਾਵੇ ਭਾਈ ਫਲ ਫੁਲ ਵਹਿੰਦੇ ਕੋਈ ਜੀ ਨਹੀਂ ਲੱਗਣ ਡਿਆ ਕਹਿੰਦਾ ਗੱਲ ਕਰਦੀ ਹੈ ਕਿ ਨਹੀਂ ਆਇਆ ਟਾਈਮ ਸਿਰ ਹੀ ਹੋ ਜਾਂਦਾ ਦਿਨ ਛੋਟੇ ਛੋਟੇ ਹੋ ਗਏ ਰਾਤਾਂ ਹੋ ਗਈਆਂ ਲੰਮੀਆਂ ਅਤੇ ਮੈਂ ਵੀ ਸਰਪੰਚ ਨੂੰ ਕਿਹਾ ਮੈਂ ਤੁਸੀਂ ਪਾਓ ਲੰਮੇ ਅਤੇ ਮੈਂ ਆ ਜੂੰਗਾ ਸਵੇਰੇ ਕੋਈ ਨਹੀਂ ਟਾਈਮ ਸਿਰ ਇੱਕ ਮਿਸਤਰੀਆਂ ਕਰਕੇ ਨਾ ਘਰ ਸਵੇਰੇ ਕੰਮ ਬੜਾ ਹੁੰਦਾ ਤਾਂ ਕਰਕੇ ਫਿਰ ਉਧਰੋਂ ਉੱਠ ਕੇ ਆਉਣਾ ਔਖਾ ਹੁੰਦਾ ਸੀਗਾ ਹੈ ਨਾ ਠੰਡ ਦਾ ਕਰਕੇ ਉੱਠਣ ਨੂੰ ਜੀ ਨਹੀਂ ਕਰਦਾ ਇੱਥੋਂ ਲਾਗੂ ਉੱਠ ਕੇ ਚੱਲ ਕੰਮ ਤੋਂ ਲੈ ਜਾਣ ਡਹਿ ਪਈਦਾ ਹੌਲੀ ਹੌਲੀ ਪਰ ਫਿਰ ਵੀ ਮੈਨੂੰ ਆਖਿਆ ਮੈਂ ਕਿਹਾ ਆ ਗਿਆ ਸੱਜਣਾ ਮੈਂ ਮਾਰਦੇ ਹਾਂ ਗੱਲਬਾਤ ਕੋਈ ਅੱਜ ਤੁਹਾਨੂੰ ਬਸ ਸਾਰਾ ਦਿਨ ਉੱਦਾਂ ਹੀ ਲੰਘ ਗਿਆ ਹੈ ਨਾ ਗੱਲ ਕਹਿ ਦਈਏ ਕਿ ਜਦੋਂ ਰੋਜ਼ ਇਕੱਠੇ ਰਹਿਣ ਗਿੱਝੀ ਹੋਈ ਹੈ ਨਾ ਫਿਰ ਦਿਲ ਨਹੀਂ ਲੱਗਦਾ ਹੈ ਨਾ ਤਾਂ ਕਰਕੇ ਰਾਤੀਂ ਤੁਹਾਡੇ ਸਾਹਮਣੇ ਸਾਰਾ ਟਾਈਮ ਸਾਡਾ ਉੱਧਰ ਰਾਤੀਂ ਵੀ ਅਸੀਂ ਚਲੋ ਉਹ ਚੀਜ਼ ਦਾ ਵਲੋਗ ਨਹੀਂ ਬਣਾਇਆ ਹੈ ਨਾ ਉੱਥੇ ਬਿਜੀ ਬਹੁਤ ਜ਼ਿਆਦਾ ਅਸੀਂ ਅਤੇ ਕੰਮ ਹੀ ਕੁਛ ਇੱਦਾਂ ਦਾ ਹੈ ਨਾ ਵਲੋਗ ਬਣਾਉਣ ਵਾਲਾ ਹੈਗਾ ਵੀ ਨਹੀਂ ਅਤੇ ਚਲੋ ਤੁਹਾਨੂੰ ਮੈਂ ਫਿਰ ਵੀ ਦੱਸਿਆ ਯਾਰ ਆਹ ਚੀਜ਼ ਹੋ ਗਈ ਆ ਅਤੇ ਉਹ ਪਰਿਵਾਰ ਵਾਸਤੇ ਬੜੀ ਮਤਲਬ ਕਿ ਇੱਕ ਹੁੰਦੀ ਨਾ ਸੰਕਟ ਵਾਲੀ ਘੜੀ ਹੁੰਦੀ ਆ ਹੈ ਨਾ ਇੰਨੇ ਚਾਵਾਂ ਨਾਲ ਘਰ ਬਣਾਇਆ ਹੋਵੇ ਉਹਦੇ ਵਿੱਚ ਇੱਦਾਂ ਦੇ ਕੰਮ ਹੋ ਜਾਵੇ ਅਤੇ ਦੁੱਖ ਲੱਗਦਾ ਅਤੇ ਚਲੋ ਮਾਲਕ ਮਿਹਰ ਕਰੇ ਹੈਂ ਉਹ ਬੱਲੇ ਮਾਤਾ ਨਹੀਂ ਨਹੀਂ ਇਹ ਮੈਨੂੰ ਮਿਸ ਹੋਣਾ ਕਰਨ ਉਹ ਠੀਕ ਠਾਕ ਮਾਤਾ ਉਹ ਠੀਕ ਠਾਕ ਕੱਪੜੇ ਧੋਤੇ ਮੇਰੇ ਮੁੱਦੇ ਵਾਲੀ ਗੱਲ 'ਤੇ ਆ ਪਛਾਣ ਤੇ ਮਾਤਾ ਮੈਂ ਹੋਰ ਕੋਈ ਲਈ ਆ ਪਛਾਣ ਤੇ ਮੈਂ ਹੋਰ ਕੋਈ ਲਈ ਵੈਸੇ ਪਛਾਣ ਮੈਂ ਹੋਰ ਕੋਈ ਲਈ ਹੋ ਭਾਈ ਅੱਛਾ ਠੀਕ ਆ ਠੰਡ ਲਵਾ ਨੀ ਤੂੰ ਦੱਸਦੀ ਕੱਪੜੇ ਜਦੋਂ ਬੰਦੇ ਕੋਲ ਜ਼ਿਆਦਾ ਹੋ ਜਾਂਦੇ ਫਿਰ ਪਾਉਣ ਥੋੜ੍ਹੀ ਜਿਹੀ ਕਰਦਾ ਹੁੰਦਾ ਇੱਧਰ ਕੁੜੀ ਡਾਇਟਾਂ ਥੋੜ੍ਹੀ ਫੋਲੋ ਕਰਨ ਦੇਣੀਆਂ ਕਿ ਕੰਜਰ ਨੂੰ ਲਿਆ ਕੇ ਧਰਤੇ ਚੌਲ ਸਰਾਣੇ ਨਾਲ ਦਾਲ ਤੋਂ ਪਾ ਦਿੰਦੇ ਘਿਓ ਸਾਬਾ ਸਾਰਾ ਹੈਂ ਖਾਣੇ ਪੈਣੇ ਭੁੱਖ ਲੱਗੀ ਆ ਸੱਚੇ ਕੀਤਾ ਸਵੇਰ ਦਾ ਕੁਛ ਨਹੀਂ ਹੈ ਕੁਝ ਵੀ ਨਹੀਂ ਕੀਤਾ ਹੈਂ ਦੱਸਦਾ ਨਹੀਂ ਆ ਬਈ ਏਡ ਮਾਰ ਤੇ ਫਿਲਮ ਲਾ ਕੇ ਵਧੀਆ ਜੀ ਵੇਖੀਏ ਟਾਈਮ ਪਾਸ ਤਾਂ ਕਰਨਾ ਹੀ ਪੈਣਾ ਜ਼ਿੰਦਗੀ ਇੱਦਾਂ ਕਰਨੀ ਪੈਣੀ ਹੋਰ ਜ਼ਿੰਦਗੀ ਕੁਝ ਨਹੀਂ ਹੈ ਇਹੋ ਜ਼ਿੰਦਗੀ ਜੇ ਚੌਲ ਖਾਏ ਰੋਟੀ ਖਾ ਲਈ ਸ਼ਹਿਰੋਂ ਫਿਰ ਆਏ ਆਹ ਕਰ ਲਿਆ ਕਰ ਲਿਆ ਕੱਪੜੇ ਤੂੰ ਸਾਰੇ ਉਹ ਕਿਉਂ ਪਾਉਣ ਡਿਆ ਜਿਹੜੇ ਮੈਂ ਕਦੇ ਵੇਖੇ ਆ ਚਾਦਰੀ ਕਿਤੇ ਵੇਖੀ ਵਾ ਰੰਗ ਲੱਗਾ ਕਿਹੜਾ ਸਬਜ਼ੀ ਲੱਗੀ ਕਿੱਥੇ ਸਬਜ਼ੀ ਨੀ ਆ ਜੋ ਮਰਜ਼ੀ ਕਰ ਨਾ ਨਾ ਇਹ ਤੈਨੂੰ ਮੈਂ ਖਾਊਂ ਕਿੰਨੀ ਚੀਜ਼ ਤੇ ਇਹ ਕਿਹੜੀ ਇਦਾਂ ਨਹੀਂ ਇਹ ਤੁੰਬਾ ਕਿਹੜੀ ਚੀਜ਼ਾਂ ਦੀ ਨਹੀਂ ਖਾਊਂਗਾ ਮੈਂ ਇਦਾਂ ਨਹੀਂ ਗੱਲਾਂ ਬਣਨੀਆਂ ਸਰਕਾਰੀ ਜਿਹੀ ਜੈਕਟ ਪਾਈ ਆਪਣਾ ਕੇ ਨਾ ਜਾਈ ਨਾ ਨਾ
ਟੋਪੇ ਵੀ ਇੱਥੇ ਲੱਗਣਗੇ ਬਸ ਟੋਪੇ ਨੀ ਮੈਂ ਟੋਪੇ ਨਾ ਲਾਇਓ ਕੁੜੀ ਕੱਚ ਕੁਛ ਚ ਪਾੜ ਦਿਆ ਕਰੋ ਓਦਾਂ ਉਂਗਲ ਜੀ ਪਾ ਕੇ ਚੀਜ਼ਾਂ ਪਛਾਣੀ ਗਈਆਂ ਅੱਜ ਭਾਈ ਮੰਨੋ ਭਾਵੇਂ ਨਾ ਮੰਨੋ ਫਿਲਮ ਲਾ ਕੇ ਆਣ ਜੀ ਚੱਲ ਫਿਰ ਮੈਂ ਕਹੂੰ ਨੀ ਆਉਂਦਾ ਤੈਨੂੰ ਗਰੀਬੀ ਦਾ ਜਿਹਨੂੰ ਗਰੀਬੀ ਦਾ ਆਇਆ ਫਿਰ ਨੀ ਪਤਾ ਲੱਗਾ ਕੀ ਬਣ ਰਿਹਾ ਜੀ ਏਦਾਂ ਕਰਦੇ ਹੁੰਦੇ ਅਸੀਂ ਜਦੋਂ ਮੁੱਕੇ ਹੋਣ ਕੱਪੜੇ ਕੀ ਕਰੀਏ ਡਾਈਟਾਂ ਫੋਲੋ ਨਹੀਂ ਕਰਨ ਦੇ ਬੰਦੇ ਤੇ ਸੀਨ ਕਿਹੜੇ ਚੱਲ ਪਿਆ ਆ ਗਈ ਫਿਲਮ ਆਹੜੀ ਵਧੀਆ ਨਹੀਂ ਹੈ ਲੈ ਬਈ ਮਿੱਤਰਾ ਮਿਲਦੇ ਹਾਂ ਕੱਲ੍ਹ ਨਵੇਂ ਵਲੋਗ ਦੇ ਨਾਲ ਕਰਦੇ ਹਾਂ ਕਮਾਲ ਕੱਲ੍ਹ ਵਲੋਗ ਪਲ ਤੋਂ ਪਲ ਜਾਣਾ ਫਿਰ ਕੇ ਲੱਗਦਾ ਮੈਨੂੰ ਕੋਈ ਨਹੀਂ ਇਹ ਤਾਂ ਬਣਾ ਹੀ ਬਣਾਵਾਂ ਕੱਲ੍ਹ ਸਾਡਾ ਟੋਜਨ ਵਾਲਾ ਵਲੋਗ ਬਣਾਉਂਦਾ ਰਹਿੰਦਾ ਸੀ ਬਾਕੀ ਧੁੰਦ ਲੱਥੀ ਤੇ ਆ ਜੇ ਧੁੰਦ ਟਾਈਮ ਸਿਰ ਲੱਥ ਗਈ ਅੱਜ ਤਾਂ ਸਾਰਿਆਂ ਨੂੰ ਧੁੰਦ ਨਹੀਂ ਲੱਥੀ ਕੀਤਾ ਕੁਛ ਨਹੀਂ ਬਾਕੀ ਕੱਲ੍ਹ ਬਣਾਉਂਦੇ ਹਾਂ ਮਾਹੌਲ ਜੇ ਕੱਲ੍ਹ ਧੁੰਦ ਲੱਥ ਗਈ ਫਿਰ ਟੋਜਨ ਵਾਲਾ ਕੰਮ ਕੱਲ੍ਹ ਪੱਕਾ 100% ਅਤੇ ਬਾਕੀ ਮੇਰੀ ਜਾਣ ਮਿਲਦੇ ਹਾਂ ਕੱਲ੍ਹ ਨਵੇਂ ਵਲੋਗ ਦੇ ਨਾਲ ਅਤੇ ਸਨੈਪਚੈਟ ਇੰਸਟਾਗ੍ਰਾਮ 'ਤੇ ਗੇੜਾ ਮਾਰਿਆ ਕਰੋ ਅਤੇ ਜਿਹੜੇ ਸਾਡੇ ਚੈਨਲ ਦੇ ਨਵੇਂ ਜੁੜੇ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਪੁਰਾਣੇ ਦਿਲੋਂ ਧੰਨਵਾਦ ਨਵਿਆਂ ਦਾ ਵੀ ਧੰਨਵਾਦ ਜੇ ਸਬਸਕ੍ਰਾਈਬ ਕਰ ਲੈਣਗੇ ਫਿਰ ਬਾਏ ਬਾਏ।